ਗੈਂਗਸਟਰਾਂ ਦੇ ਸਾਏ ਦੀ ਗੱਲ ਬਹੁਤ ਆ ਰਹੀ ਹੈ ਉਸ ਸਮੇਂ ਵੀ ਬਦਮਾਸ਼ ਹੁੰਦੇ ਸੀ ਹੁਣ ਉਹਨਾਂ ਨੂੰ ਗੈਂਗਸਟਰ ਕਿਹਾ ਜਾਣ ਲੱਗਿਆ ਕਿ ਉਸ ਸਮੇਂ ਵੀ ਫਰੋਤੀਆਂ ਫਰੂਤੀਆਂ ਵਾਲਾ ਕਲਚਰ ਚੱਲਦਾ ਸੀ ਉਹਨੂੰ ਕਿਤੇ ਇਸ ਗੱਲੋਂ ਵੀ ਨਾ ਫੋਨ ਆਇਆ ਹੋਵੇ ਵੀ ਕਿ ਦੇ ਉਧਰੋਂ ਗੂਗਲ ਸਾਹਿਬ ਵੀ ਫੋਨ ਤੇ ਧਮਕੀ ਦੇ ਕੇ ਫੈਰ ਦੀ ਆਵਾਜ਼ ਸੁਣਾ ਦੇਣ ਕਿ ਮੇਰੇ ਕੋਲ ਤੇਨੋਂ ਵੀ ਤਕੜਿਆ ਹਾਰ ਰੇ ਆ ਮੈਂ ਪੂਰੀ ਧੂਮ ਦੇ ਕੇ ਝੋਟ ਖਾਦੀ ਸੀ ਉਹ ਜਦ ਜਿਉਣਾ ਮੋੜ ਛੱਤਰ ਚੜਾਉਣ ਵਾਸਤੇ ਜਾਂਦਾ ਹੈ ਤਾਂ ਉਹ ਪੋਰਸ਼ਨ ਅਸੀਂ ਥੋੜਾ ਜਿਹਾ ਪੋਰਸ਼ਨ ਬੋਮਬੇ ਕਰਨਾ ਪਿਆ ਸੀ ਬੰਬੇਉ ਪਾੜੀਆਂ ਜੀਆਂ ਦੇ ਵਿੱਚ ਕੋੜੀ ਥੋੜੀ ਜਿਹੀ ਪਤਾ ਨਹੀਂ ਕੁਛ ਇਸ ਤਰ੍ਹਾਂ ਦੀ ਸੀ ਵੀ ਉਹ ਵਿਦਕ ਕੇ ਉਹ ਪਾੜੀ ਤੇ ਚੜ ਗਈ ਇੱਕ ਡੰਡੀ ਜੀ ਤੇ ਮੈਨੂੰ ਛਾਲ ਮਾਰਨੀ ਪਈ ਉਹ ਛਾਲ ਮਾਰਨ ਦੀ ਵਜ੍ਹਾ ਨਾਲ ਉਹ ਹੱਥ ਥੱਲੇ ਵੱਜਿਆ ਉਹ ਥੁੱਕਰੈਕ ਹੋ ਗਈ ਸੀ ਤਾਂ ਫਿਰ ਕਈ ਦਿਨ ਉਹ ਪਲਾਸਟਰ ਜਿਹਾ ਵੀ ਰੱਖਣਾ ਪਿਆ ਤੁਸੀਂ ਕੱਲੇ ਮਾਣੀ ਖੇੜੇ ਪਿੰਡ ਨੂੰ ਹੀ ਕਿਉਂ ਚੁਣਿਆ ਪਿੰਡ ਦੇ ਵਿੱਚ ਹੀ ਰਹੇ ਔਰ ਪਿੰਡੋਂ ਜ਼ਿਆਦਾ ਬਾਹਰ ਵੀ ਨਹੀਂ ਗਏ ਤੁਸੀਂ ਛੋਟੀ ਉਮਰ 'ਚ ਮੇਰੀ ਸ਼ਾਦੀ ਹੋ ਗਈ ਕਿੰਨੀ ਉਮਰ ਚ ਵਿਆਹ ਹੋ ਗਿਆ ਸੀ ਤੁਹਾਡਾ ਉਹ ਮੈਂ ਉਦੋਂ ਬਹੁਤ ਛੋਟਾ ਹੀ ਸੀ 20 ਸਾਲ ਤੋਂ ਵੀ ਘੱਟ ਸੀ ਪਰਿਵਾਰ ਦੇ ਨਾਲ ਮੇਰੀ ਕਮਜ਼ੋਰੀ ਹੈ ਮੇਰਾ ਪਰਿਵਾਰ ਮੇਰਾ ਪਿੰਡ ਉਹ ਮੇਰਾ ਛੱਡਣ ਨੂੰ ਕਦੇ ਵੀ ਨਹੀਂ ਦਿਲ ਕੀਤਾ ਈਸ਼ ਕੋਈ ਗੂਗਲ ਉਹਨਾਂ ਨੂੰ ਕਦੇ ਨਾ ਜੀ ਨਾ ਇੰਡਸਟਰੀ ਦੇ ਵਿੱਚ ਟੌਪ ਤੇ ਪਾਮ ਜਿੱਡਾ ਕੱਦ ਕਿਹਾ ਜਾਂਦਾ ਗੂਗਲ ਉਹਨਾਂ ਦਾ ਔਰ ਕਿਵੇਂ ਦੇਖਦੇ ਹੋ ਕਦੇ ਫੇਮ ਦਿਮਾਗ ਨੂੰ ਜਿਹੜਾ ਗੂਗਲ ਉਹਨਾਂ ਦਾ ਹੈ ਯਾਰ ਸਾਂਝੀ ਕਰਨਾ ਚਾਹੁੰਗਾ ਯੋਗਰਾਜ ਜੀ ਉਹਨਾਂ ਦੇ ਨਾਲ ਤਾਂ ਬਹੁਤ ਲੰਮਾ ਸਮਾਂ ਕੰਮ ਕੀਤਾ ਪਿੱਛੇ ਜਿਹੇ ਚਰਚਾਵਾਂ ਚੱਲੀਆਂ ਕਿ ਕਹਿੰਦੇ ਕਿ ਪਤਾ ਨਹੀਂ ਕੋਈ ਸ਼ਾਇਦ ਅਨਬੜ ਨਾ ਹੋ ਜਾਵੇ ਗਿਲੇ ਸ਼ਿਕਵੇ ਵੀ ਕਈ ਦਫਾ ਹੋ ਜਾਂਦੇ ਆ ਲੇਕਿਨ ਸਾਡੀ ਕੋਈ ਐਸਾ ਗਿਲਾ ਸ਼ਿਕਵਾ ਨਹੀਂ ਬਹੁਤ ਤੇ ਮੇਰੇ ਵੱਡੇ ਭਰਾਵਾਂ ਦੀ ਤਰ੍ਹਾਂ ਐਕਸਰਸਾਈਜ਼ ਵਗੈਰਾ ਸ਼ੁਰੂ ਤੋਂ ਕਰਦੇ ਸੀ ਉਹਨਾਂ ਨੂੰ ਵੇਖ ਵੇਖ ਮੈਨੂੰ ਵੀ ਸ਼ੌਕ ਪੈਦਾ ਹੋਇਆ ਇਦਾਂ ਦੇ ਪਹਿਲਾਂ ਫਿਲਮਾਂ ਦੇ ਵਿੱਚ ਸੀਤੀ 31 ਸਾਲ ਪਹਿਲਾਂ ਫਿਲਮ ਬਣਾਈ ਔਰ 15 20 ਸਾਲ ਪਹਿਲਾਂ ਦੇਖੀ ਹੋਊਗੀ ਅਸੀਂ ਵੀ ਔਰ ਅੱਜ ਹੁਣ ਵੀ ਉਹੋ ਜਿਹਾ ਹੀ ਕੈਰੈਕਟਰ ਮੇਨਟੇਨ ਕਰਕੇ ਰੱਖਿਆ ਹੋਇਆ ਹੈ ਅਜੇ ਵੀ ਤੁਸੀਂ ਅੱਛਾ ਜੀ ਠੀਕ ਹੈ ਥੈਂਕ ਯੂ so much ਆਪਸ ਤੁਸੀਂ ਕੰਪਲੀਮੈਂਟ ਦਿੰਨੇ ਨੂੰ ਜਿਆਦਾ ਫਿਰ ਹੋਰ ਤਕੜੇ ਹੋ ਜਾਈਦਾ ਬਹੁਤ ਸਾਰੇ ਕਲਾਕਾਰਾਂ ਨੇ ਗਾਣੇ ਗਾਏ ਉਹਨਾਂ ਦੇ ਵਿੱਚ ਗੁੱਗੂ ਦਾ ਜ਼ਿਕਰ ਕੀਤਾ ਕੋਈ ਕਹਿੰਦਾ ਕਿ ਜੱਟ ਗੁੱਗੂ ਜੱਟ ਹਾਥੀ ਤੇ ਗੁੱਗੂ ਗੱਲ ਝੂਲ ਝੂਮਤ ਰਹੇ ਸਿੱਧੂ ਮੂਸੇ ਵਾਲਾ ਨੇ ਵੀ ਜ਼ਿਕਰ ਕੀਤਾ ਇਹ ਗੱਲਬਾਤ ਕੋਈ ਸੀ ਸਿੱਧੂ ਮੂਸੇ ਵਾਲਾ ਉਹਨਾਂ ਦੇ ਨਾਲ ਹਾਂਜੀ ਉਹ ਮੈਂ ਦੋ ਮੁਲਾਕਾਤਾਂ ਮੇਰੀਆਂ ਉਹਨਾਂ ਨਾਲ ਹੋਈਆਂ ਇੱਕ ਬਹੁਤ ਹੀ ਪਿਆਰਾ ਮੁੰਡਾ ਸੀ ਵਿਚਾਰਾ ਬਹੁਤ ਹੀ ਦੁੱਖ ਹੁੰਦਾ ਜਦ ਵੀ ਉਹਦੀ ਗੱਲ ਹੁਣ ਵੀ ਯਾਦ ਆ ਜਾਂਦੀ ਹੈ ਤਾਂ ਵੇ ਵੈਸੇ ਉਹ ਦਾ ਫੈਨ ਉਹਦੀਆਂ ਆਦਤਾਂ ਕਰਕੇ ਜ਼ਿਆਦਾ ਸੀ ਜਿਹੜੀਆਂ ਜਿਹੜੀਆਂ ਉਹਦੇ ਚ ਖੂਬੀਆਂ ਸੀ ਜਿਸ ਤਰ੍ਹਾਂ ਉਹ ਆਪਣੇ ਪਿੰਡ ਰਹਿੰਦਾ ਸੀ ਆਪਣੇ ਖੇਤਾਂ 'ਚ ਕੰਮ ਕਰਦਾ ਸੀ ਕਦੇ ਉਹ ਹਲ ਵਾਉਂਦਾ ਦਿਸਦਾ ਸੀ ਕਦੇ ਟਰਾਲੀ ਤੇ ਕੁਝ ਲੈ ਜਾਂਦਾ ਸੀ ਮਤਲਬ ਇਹ ਬੱਚੇ ਸਿੱਖਦੇ ਚੰਗੀ ਕਲਾ ਆਰਟਿਸਟ ਨੂੰ ਵੇਖ ਕੇ ਜ਼ਿਆਦਾ ਸਿੱਖਦੇ ਦੱਸਿਆ ਗਿਆ ਸੀ ਵੀਵਰਿੰਦਰ ਜੀ ਦੀ ਮੌਤ ਹੋ ਗਈ ਇਸ ਤਰ੍ਹਾਂ ਕਰਕੇ ਬਾਅਦ ਚ ਪਤਾ ਲੱਗਿਆ ਕਿ ਉੱਥੇ ਫਾਇਰਿੰਗ ਫੂਰਿੰਗ ਹੋ ਗਈ ਕੋਈ ਟੈਰਰਿਸਟਾਂ ਨੇ ਨੁਕਸਾਨ ਕਰਤਾ ਉਹਨਾਂ ਦਾ ਵੀ ਵਿਰਿੰਦਰ ਜੀ ਅਕਸਰ ਆਖਦੇ ਹੁੰਦੇ ਸੀ ਤੇਰੇ ਨਾਲ ਪਹਿਲਾਂ ਮੈਂ ਗੋਲੀ ਖਾਊਂਗਾ ਤੂੰ ਫਿਕਰ ਨਾ ਕਰ ਉਹ ਵਿਚਾਰੇ ਉਹ ਗੱਲ ਉਹ ਸਿੱਤ ਨਹੀਂ ਹੋਈ ਉਹਨਾਂ ਦੇ ਪਹਿਲਾਂ ਵਜੀ ਗੋਲੀ ਉਹ ਬਾਅਦ ਚ ਉਹ ਵੀ ਫੱਟ ਗਈ ਵਿਰਿੰਦਰ ਉਹਨਾਂ ਦੇ ਨਾਲ ਵੀ ਹਾਂਜੀ ਵਿਰਿੰਦਰ ਜੀ ਨਾਲ ਮੈਂ ਇੱਕ ਫਿਲਮ ਕੀਤੀ ਸੀ ਜੱਟ ਤੇ ਜ਼ਮੀਨ ਜੀ ਤਾਂ ਉਹਦੇ ਚ ਮੈਨੂੰ ਮੌਕਾ ਮਿਲਿਆ ਉਹਦੇ ਚੀ ਉਹਨਾਂ ਦਾ ਨੁਕਸਾਨ ਹੋ ਗਿਆ ਸੀ ਵਿਦੇਸ਼ ਵੀ ਨਹੀਂ ਗਏ ਤੁਸੀਂ ਇੱਕ ਵਾਰ ਨਹੀਂ ਲੇਕਿਨ ਹੁਣ ਵੇਖੋ ਬਣ ਰਿਹਾ ਇੱਕ ਫਿਲਮ ਦਾ ਪ੍ਰੋਗਰਾਮ ਜਾਂ ਹੋਰ ਕਈ ਫਿਲਮਾਂ ਜੇ ਬਣ ਸਕਿਆ ਤਾਂ ਸ਼ਾਇਦ ਮੈਂ ਰੱਖਾਂ ਆਏ ਜੀipro punjab tv ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਪੰਜਾਬੀ 뮤직 ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਿਨ੍ਹਾਂ ਦਾ ਕਦ ਬਹੁਤ ਵੱਡਾ ਔਰ ਉਹ ਸ਼ਖਸੀਅਤ ਅੱਜ ਸਾਡੇ ਕੋਲ ਪਹੁੰਚੇ ਹੋਏ ਆ ਆਉਂਦੇ ਆਉਂਦੇ ਕੁਝ ਚੀਜ਼ਾਂ ਲਿਖੀਆਂ ਉਹਨਾਂ ਤੇ ਮੈਂ ਉਹਨਾਂ ਦੇ ਨਾਲ ਹੀ ਸ਼ੁਰੂਆਤ ਕਰਦਾ ਔਰ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਕੌਣ ਪਹੁੰਚਿਆ ਹੋਇਆ ਸਾਡੇ ਦਫ਼ਤਰ ਔਰ ਕਿਹਨਾਂ ਦੇ ਨਾਲ ਅਸੀਂ ਅੱਜ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਦੇਖਣ ਨੂੰ ਕੱਬਾ ਜਾ ਸੁਭਾ ਲੱਗਦਾ ਬੋਲਦਾ ਤਾਂ ਲੱਗੇ ਮੇਰੇ ਪਿੰਡਾਂ ਵੱਲ ਦਾ ਫਿਲਮ ਮੈਂ ਦੇਖੀ ਉਹਦੀ ਵੀਸੀਆਰ ਤੇ ਖੁੰਡਿਆ ਪੁਰਾਣਾ ਨਾ ਜਵਾ ਕੱਲ ਦਾ ਦੇਖਿਆ ਮੈਂ ਗੌਰ ਨਾਲ ਕਿੰਨੇ ਵਾਰ ਹੀ ਤੁਰੇ ਜਦੋਂ ਲੱਗੇ ਤਾਂ ਧਰਤ ਕੰਬਦੀ ਪੁੱਤ ਕਲਾਕਾਰ ਬੜੇ ਜੰਮੇ ਮਾਵਾ ਨੇ ਗੁੱਗੂ ਗਿਲ ਜਿਹਾਨਾ ਹਰੇਕ ਮਾਂ ਜੰਮਦੀ ਤਾਂ ਸਾਡੇ ਦਫਤਰ ਪਹੁੰਚੇ ਹੋਏ ਆ ਸਟੂਡੀਓ ਪਹੁੰਚੇ ਹੋਏ ਨੇ ਗੁੱਗੂ ਗਿਲ ਸਾਹਿਬ ਸਵਾਗਤ ਕਰਦੇ ਹਾਂ ਗਿਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸਸਿਕਾ ਜੀ ਗਿਲ ਸਾਹਿਬ ਅੱਜ ਪਹੁੰਚੇ ਹੋ ਔਰ ਲਗਾਤਾਰ ਜਿਸ ਤਰੀਕੇ ਨਾਲ ਫਿਲਮਾਂ ਤਾਂ ਤੁਹਾਡੀਆਂ ਦੇਖ-ਦੇਖ ਕੇ ਵੱਡੇ ਹੋਏ ਆ ਕਿਵੇਂ ਦੇਖਦੇ ਹੋ ਤੁਸੀਂ ਨਵੀਆਂ ਫਿਲਮਾਂ ਵੀ ਆ ਰਹੀਆਂ ਨੇ ਔਰ ਦੁਆਰਾ ਫਿਰ ਮੋੜ ਆਉਣ ਜਾ ਰਹੀ ਹੈ ਹਾਂਜੀ ਜਿਉਣਾ ਮੋੜ ਜਿਉਣਾ ਮੋੜ ਜੱਟ ਜਿਉਣਾ ਮੋੜ ਜਿਹੜੀ ਤੀ 32 ਸਾਲ ਪਹਿਲਾਂ ਰਿਲੀਜ਼ ਹੋਈ ਸੀ 92 ਚ ਹੋਈ ਸੀ ਸ਼ਾਇਦ 33 ਸਾਲ ਹੋ ਗਏ ਤਾਂ ਉਹ ਰਿਲੀਜ਼ ਹੋ ਰਹੀ ਹੈ ਜੀ ਤਾਂ ਇਹ ਕਾਰੋਬਾਰ ਦੇ ਸਾਹਿਬ ਨਾਲ ਜਿਸ ਤਰ੍ਹਾਂ ਫਿਲਮਾਂ ਜਦ ਬਣੀਆਂ ਹੁੰਦੀਆਂ ਨਵੀਆਂ ਉਸ ਵੇਲੇ ਜੋ ਕਾਰੋਬਾਰ ਕਰ ਲੈਂਦੀਆਂ ਉਹ ਤਾਂ ਅਲੱਗ ਚੀਜ਼ ਹੈ ਦੁਬਾਰਾ ਫੇਰ ਪ੍ਰੋਡਿਊਸਰ ਸੋਚਦੇ ਵੀ ਅੱਜ ਕਾਫੀ ਟਾਈਮ ਹੋ ਗਿਆ ਨਵੀਂ ਜਨਰੇਸ਼ਨ ਨੂੰ ਫੇਰ ਵਿਖਾ ਦੀਏ ਸਿਨੇਮਿਆਂ ਦੇ ਵਿੱਚ ਔਰ ਕਮਾਈ ਵੀ ਅੱਛੀ ਹੋ ਸਕਦੀ ਹੈ ਹੂੰ ਇਸ ਨਜ਼ਰੀਏ ਦੇ ਨਾਲ ਉਹ ਦੁਬਾਰਾ ਰਿਲੀਜ਼ ਹੋ ਰਹੀ ਹੈ ਕਿਨੇ 31 ਸਾਲਾਂ ਬਾਅਦ ਕਰ ਰਹੇ ਹਾਂ ਹਾਂਜੀ ਇਹ 92 ਵਿੱਚ ਪਹਿਲਾਂ ਹੋਈ ਸੀ ਮੈਨੂੰ ਲੱਗਦਾ 20000 ਤੇ ਔਰ ਕੋਈ ਐਦਾਂ ਦਾ ਬੰਦਾ ਨਹੀਂ ਹੋਊਗਾ ਕੋਈ ਸਾਡੀ ਜਨਰੇਸ਼ਨ ਵਾਲਾ ਵੀ ਨਹੀਂ ਹੋਊਗਾ ਜਿਨੇ ਮਿਸ ਕੀਤੀ ਹੋਵੇ ਜੀ ਬਿਲਕੁਲ ਲੱਗਦਾ ਤੇ ਇਸ ਤਰ੍ਹਾਂ ਹੈ ਕਿ ਸਾਰਿਆਂ ਨੇ ਵੇਖੀ ਫਿਰ ਵੀ ਚੱਲ ਜੇ ਕੋਈ ਨਵੀਂ ਪਨੀਰੀ ਚੋਂ ਨਵੇਂ ਬੱਚਿਆਂ ਚੋਂ ਜੇ ਕਿਸੇ ਨੇ ਨਾ ਵੇਖੀ ਹੋਈ ਉਹਨਾਂ ਲਈ ਨਵੀਂ ਹੈ ਹੀ ਲੇਕਿਨ ਮੈਂ ਸਮਝਦਾ ਕਿ ਜਿਨੇ ਵੇਖੀ ਹੈ ਉਹਦਾ ਵੀ ਦਿਲ ਕਰਦਾ ਹੋਣਾ ਕਿ ਦੁਬਾਰਾ ਵੱਡੀ ਸਕਰੀਨ ਤੇ ਵੇਖੇ ਵੱਡੀ ਸਕਰੀਨ ਤੇ ਵੱਡੇ ਸਿਨੇਮਾ ਘਰਾਂ ਨਵੇਂ ਵਾਲੇ ਜਾ ਕੇ ਦੇਖ ਲਈਏ ਹਾਂ ਜੀ ਕਿਸ ਤਰ੍ਹਾਂ ਦਾ ਰਿਸਪਾਂਸ ਦੀ ਉਮੀਦ ਕੀ ਹੈ ਗੂਗਲ ਹੋਣਾ ਨੂੰ ਉਹ ਵੇਖੋ ਜੀ ਆਪਾਂ ਪੋਜ਼ਿਟਿਵ ਵੇਚੀ ਸੋਚ ਸਕਦੇ ਹਾਂ ਇਸੇ ਤਰ੍ਹਾਂ ਸੋਚਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਕਾਫੀ ਪਸੰਦ ਕਰਨਗੇ ਸਾਰੇ ਹੂੰ ਜਿਵੇਂ ਪਹਿਲਾਂ ਵਾਲੀਆਂ ਫਿਲਮਾਂ ਨੂੰ ਪਿਆਰ ਮਿਲਦਾ ਰਿਹਾ ਔਰ ਹੁਣ ਤੁਹਾਨੂੰ ਲੱਗਦਾ ਹੈ ਕਿ ਕੋਈ ਇਹਦੇ ਵਿੱਚ ਕੋਈ ਨਵੀਂ ਚੀਜ਼ਾਂ ਵੀ ਨਵੀਆਂ ਪਾਈਆਂ ਗਈਆਂ ਜਾਂ ਉਸੇ ਨੂੰ ਥੋੜਾ ਸੁਰਖੀ ਬਿੰਦੀ ਲਾ ਕੇ ਥੋੜਾ ਜਿਹਾ ਤਰਾਸ਼ ਕੇ ਔਰ ਰੀ ਐਡੀਟਿੰਗ ਕਰਾ ਕੇ ਔਰ ਬਸ ਇਸ ਤਰ੍ਹਾਂ ਹੀ ਕਹਿ ਲਓ ਵੀ ਜਿਸ ਤਰ੍ਹਾਂ ਸਾਊਂਡ ਨਵੀਂ ਥੋੜਾ ਜਿਹਾ ਜਿਸ ਤਰ੍ਹਾਂ ਦੀ ਤੁਹਾਡੇ ਗਾਣੇ ਆ ਜਿਹੜੇ ਰੀ ਰਿਕਾਰਡ ਕੀਤੇ ਗਏ ਆ ਤਾਂ ਡਿਜੀਟਲ ਕਰਕੇ ਉਹਨੂੰ ਨਵੇਂ ਸਿਰਿਓਂ ਥੋੜਾ ਜਿਹਾ ਨਵਾਂ ਰੂਪ ਦੇ ਕੇ ਉਹਨੂੰ ਅੱਜ ਦੇ ਹਿਸਾਬ ਨਾਲ ਤਾਂ ਉਹ ਟੈਕਨੀਕਲੀ ਉਹਨੂੰ ਥੋੜਾ ਜਿਹਾ ਹੋਰ ਸਾਊਂਡ ਕਰਕੇ ਫੇਰ ਪੇਸ਼ ਕਰ ਰਹੇ ਤਕੀਲ ਸਾਹਿਬ 9 ਜੂਨ ਨੂੰ ਫੇਰ ਬੰਕ ਲਵਾਉਂਗੇ ਤੁਸੀਂ ਮੈਨੂੰ ਲੱਗਦਾ ਲੈਣਾ ਲੱਗਣਗੇ ਹਾਂਜੀ ਹਾਂ 9 ਜੂਨ ਨੂੰ ਦਾ ਜੱਟ ਜੌਣਾ ਮੋੜ ਦੁਬਾਰਾ ਸਿਨੇਮਿਆਂ ਦੇ ਵਿੱਚ ਆ ਜਾਣੀ ਹੈ ਤੇ ਜਿਨ੍ਹਾਂ ਨੇ ਵੇਖੀ ਹੈ ਉਹ ਦੁਬਾਰਾ ਵੇਖਣਗੇ ਜਿਨ੍ਹਾਂ ਨੇ ਨਹੀਂ ਵੇਖੀ ਉਹ ਦਾ ਕਈ ਵਾਰੀ ਵੇਖਣਗੇ ਤੁਸੀਂ ਆਪ ਕਿੰਨੀ ਵਾਰ ਜੌਣਾ ਮੋੜ ਫਿਲਮ ਦੇਖੀ ਸੀ ਮੈਨੂੰ ਤਾਂ ਲੱਗਦਾ ਮੈਂ ਬਹੁਤ ਵਾਰੀ ਵੇਖੀ ਹੋਣੀ ਹੈ ਮੈਨੂੰ ਯਾਦ ਹੀ ਨਹੀਂ ਕਿੰਨੇ ਵਾਰੀ ਕਹਿ ਸਕਦਾ ਕਿ ਜਦ ਵੀ ਮੌਕਾ ਮਿਲਦਾ ਹੈ ਤੁਸੀਂ ਉਹਨੂੰ ਛੱਡ ਕੇ ਪਾਸੇ ਤਾਂ ਹੋ ਨਹੀਂ ਸਕਦੇ ਜਦ ਵੀ ਉਹ ਆ ਰਹੀ ਹੋਵੇ ਕਿਸੇ ਵੇਲੇ ਜਾਂ ਕੋਈ ਵੇਖ ਰਿਹਾ ਤਾਂ ਬੰਦਾ ਸੋਚਦਾ ਵੀ ਚੱਲ ਹੁਣ ਇਹਨੂੰ ਵੇਖ ਹੀ ਲੋ ਤਾਂ ਬਹੁਤ ਸਾਰੀਆਂ ਹੋਰ ਫਿਲਮਾਂ ਜਿਸ ਤਰ੍ਹਾਂ ਮੈਂ ਜਿਹੜੀਆਂ ਮੈਨੂੰ ਪਸੰਦ ਆ ਉਹ ਉਹਨੂੰ ਬਹੁਤ ਦਫਾ ਮੈਂ ਵੇਖੀਆਂ ਹੋਣਗੀਆਂ ਔਰ ਇਹਦਾ ਆਪਣੀ ਘਰ ਦੀ ਫਿਲਮ ਹੋਣ ਦੇ ਨਾਤੇ ਕਈ ਦਫਾ ਵੇਖੀ। ਜੀ ਸਰ ਨਵੇਂ ਪ੍ਰੋਜੈਕਟ ਕਿਹੜੇ ਲੈ ਕੇ ਆ ਰਹੇ ਹੋ ਹੋਰ ਕਿਹੜੀਆਂ ਫਿਲਮਸ ਨਵੀਆਂ ਆ ਰਹੀਆਂ ਨੇ ਕਿੰਨੇ ਕੰਮ ਚੱਲ ਰਿਹਾ ਹੈ ਨਵਾਂ ਗੱਲਬਾਤ ਜਿਹੜੀ ਚੱਲ ਰਹੀ ਹੈ ਜੀ ਉਹਨਾਂ ਦੇ ਨਾਮ ਤਾਂ ਇਸ ਵੇਲੇ ਮੁਸ਼ਕਲ ਹੈ ਦੱਸਣਾ ਕਿਉਂਕਿ ਜਦ ਤੱਕ ਉਹ ਤੋਰ ਦੀ ਫਾਈਨਲ ਗੱਲ ਨਹੀਂ ਹੋ ਜਾਂਦੀ ਤੁਸੀਂ ਉਹ ਨਹੀਂ ਦੇ ਡਿਕਲੇਅਰ ਨਹੀਂ ਕਰ ਸਕਦੇ ਲੇਕਿਨ ਦੋ ਤਿੰਨ ਫਿਲਮਾਂ ਦੀ ਚੱਲ ਰਹੀ ਹੈ ਗੱਲ ਤਿੰਨ ਫਿਲਮ ਤਕਰੀਬਨ ਇੱਕ ਵੈਬ ਸੀਰੀਜ਼ ਜਿਹੜੀ ਸ਼ਿਕਾਰੀ ਆ ਰਹੀ ਆਈ ਸੀ ਤਾਂ ਉਹਦਾ ਅਗਲਾ ਪਾਰਟ ਸ਼ਿਕਾਰੀ ਬਹੁਤ ਸੁਪਰ ਹੀਰੋ ਹਾਂਜੀ ਬਹੁਤ ਕਿਰਦਾਰ ਦਾ ਜਬਰਦਸਤ ਤਰੀਕੇ ਨਾਲ ਤੁਸੀਂ ਨਿਭਾਇਆ ਜੀ ਬਾਰਡਰ ਪਾਰ ਰਿਸ਼ਤੇਦਾਰ ਦੋਸਤ ਮਿੱਤਰ ਵੀ ਹੈਗੇ ਤੁਹਾਡੇ ਕਿੱਥੇ ਜੀ ਪਾਕਿਸਤਾਨ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਉਹਦੇ ਵਿੱਚ ਵੀ ਬਾਰਡਰ ਪਾਰ ਵਾਲਿਆਂ ਦਾ ਜ਼ਿਕਰ ਕਈਆਂ ਦਾ ਹੁੰਦਾ ਬਾਰਡਰ ਪਾਰ ਦਾ ਉਹਦੇ ਵਿੱਚ ਤਾਂ ਖੈਰੋ ਕਹਾਣੀ ਦੇ ਵਿੱਚ ਲਿਖਣ ਵਾਲੇ ਨੇ ਲਿਖਤਾ ਹੋਣਾ ਲੇਕਿਨ ਉਧਰ ਆਪਣੇ ਫੈਨਸ ਤਾਂ ਹੈ ਹੀ ਸਾਰੇ ਬਹੁਤ ਪਿਆਰ ਕਰਦੇ ਪਿੱਛੇ ਜਦ ਮੈਂ ਕਰਤਾਰਪੁਰ ਸਾਹਿਬ ਜਾ ਕੇ ਆਇਆ ਜੀ ਉੱਥੋਂ ਦੇ ਲੋਕ ਮੂਸੇ ਵਾਲੇ ਨੂੰ ਔਰ ਗੁੱਗੂ ਗਿੱਲ ਨੂੰ ਉਹਨਾਂ ਨੂੰ ਕਹਿੰਦੇ ਸਨ ਬਹੁਤ ਪਿਆਰ ਆ ਲੱਗ ਹਾਂ ਜੀ ਬਹੁਤ ਪਿਆਰ ਕਰਦੇ ਇਹਦੀ ਕੋਈ ਸ਼ੱਕ ਨਹੀਂ ਗਿੱਲ ਸਾਹਿਬ ਜਿਸ ਤਰੀਕੇ ਦੇ ਨਾਲ ਨਵੇਂ ਮੁੰਡੇ ਕੰਮ ਕਰ ਰਹੇ ਨੇ ਜਾਂ ਜਦੋਂ ਤੁਸੀਂ ਜਿਸ ਸਮੇਂ ਦੇ ਵਿੱਚ ਸ਼ੁਰੂਆਤ ਕੀਤੀ ਉਦੋਂ ਦੇ ਔਰ ਹੁਣ ਜੇ 2023 ਦੇ ਵਿਚਾਲੇ ਜੇ ਅਸੀਂ ਖੜੇ ਆ ਕਿੰਨਾ ਫਰਕ ਤੁਸੀਂ ਮਹਿਸੂਸ ਕਰ ਰਹੇ ਹੋ ਕਿੰਨਾ ਇੱਕ ਚੇਂਜ ਤੁਸੀਂ ਪੰਜਾਬੀ ਸਟ੍ਰੀਮ ਵਿੱਚ ਮਹਿਸੂਸ ਕਰ ਰਹੇ ਹੋ ਬਹੁਤ ਫਰਕ ਹੈ ਜੀ ਪਹਿਲੀ ਗੱਲ ਤੇ ਕਿ ਕਹਾਣੀਆਂ ਤਾਂ ਹਮੇਸ਼ਾ ਉਦੋਂ ਵੀ ਚੰਗੀਆਂ ਆਉਂਦੀਆਂ ਸੀ ਔਰ ਚੰਗੀ ਕਹਾਣੀ ਹੀ ਚੱਲਦੀ ਹੈ ਤੇ ਮੇਕਿੰਗ ਦਾ ਥੋੜੇ ਤਰੀਕੇ ਥੋੜਾ ਰਿਚ ਹੋ ਗਈ ਅੱਜ ਕੱਲ ਦੀ ਪ੍ਰੋਡਕਸ਼ਨ ਔਰ ਸਹੂਲਤਾਂ ਕਾਫੀ ਹੋ ਗਈਆਂ ਜਿਸ ਤਰ੍ਹਾਂ ਉਹ ਤੋਂ ਵੈਂਟੀ ਵੈਨ ਵਗੈਰਾ ਨਹੀਂ ਸੀ ਤਾਂ ਆਰਟਿਸਟ ਵੈਸੇ ਅਸੀਂ ਲੋਕਾਂ ਦੇ ਸਾਰੇ ਨਾਲ ਲੋਕਾਂ ਦੇ ਘਰਾਂ ਚ ਜਾ ਕੇ ਉਹਨਾਂ ਦੀ ਮਦਦ ਦੇ ਨਾਲ ਹੀ ਜਿਸ ਤਰ੍ਹਾਂ ਕਿਸੇ ਲੜਕੀ ਨੇ ਕੱਪੜੇ ਚੇਂਜ ਕਰਨੇ ਜਾਂ ਕਿਸੇ ਵੀ ਆਰਟਿਸਟ ਨੇ ਤਾਂ ਉਹਨਾਂ ਦੇ ਘਰਾਂ ਜਾ ਕੇ ਕਰ ਲੈਂਦੇ ਸੀ ਹੁਣ ਵੈਂਟੀ ਵੈਨ ਹੋ ਗਈ ਸਹੂਲਤਾਂ ਹੋ ਗਈਆਂ ਇਹ ਚੀਜ਼ਾਂ ਨਵੀਆਂ ਆ ਗਈਆਂ ਟੈਕਨੀਕਲੀ ਬਹੁਤ ਸਾਊਂਡ ਹੋ ਗਿਆ ਕੰਮ आ, लोग बड़े सिकहे हुए बड़े सयाने सुलझे हुए टेक्नीशियन आ चुके हैं सारी चीजों में एक चीज द है ही बड़ा बजट बड़ा हाई हो गया जब ਤੁਹਾਡਾ ਬਜਟ ਤਾਂ ਹੀ ਹੈ ਵੱਧਦਾ ਹੈ ਜਦ ਰਿਟਰਨ अच्छी ਹੁੰਦੀ ਹੈ ਔਰ ਜਦ ਪੈਸਾ ਚੰਗਾ ਲੱਗਦਾ ਹੈ ਤਾਂ ਫਿਰ ਸਾਰੀਆਂ ਚੀਜ਼ਾਂ ਆ ਜਾਂਦੀਆਂ ਉਸ ਵੇਲੇ ਤਾਂ ਥੋੜੇ ਜਿਹਾ ਪ੍ਰਿੰਟ ਰਿਲੀਜ਼ ਹੁੰਦੇ ਸੀ ਉਹ 7 6 7 ਪ੍ਰਿੰਟ ਹੁੰਦੇ ਸੀ ਫਿਰ 12 ਹੋਣ ਲੱਗ ਗਏ ਫਿਰ ਇਸ ਤਰ੍ਹਾਂ ਹੁਣ ਤੱਕ ਹਰੇਕ ਇੱਕ ਸ਼ਹਿਰ ਚ ਕਈ ਕਈ ਪ੍ਰਿੰਟ ਹੋ ਜਾਂਦੇ ਆ ਹਾਂ ਇਹ ਚੀਜ਼ ਆ ਪਰ ਪ੍ਰੋਮੋਸ਼ਨ ਦੇ ਤਰੀਕੇ ਵੀ ਬਦਲ ਗਏ ਜਾਂ ਲੋਕਾਂ ਨੂੰ ਦੱਸਣ ਦਾ ਹਾਂ ਇਹ ਖਾਸ ਤੌਰ ਤੇ ਮੈਂ ਕਹਿ ਨਹੀਂ ਚਾਹੁੰਦਾ ਕਿ ਪ੍ਰੋਮੋਸ਼ਨ ਤਾਂ ਉਦੋਂ ਹੈ ਹੀ ਨਹੀਂ ਸੀ ਹਾਂ ਉਸ ਵੇਲੇ ਤਾਂ ਸਿਰਫ ਅਖਬਾਰ ਦੇ ਵਿੱਚ ਐ ਮਾੜਾ ਮੋਟਾ ਲਿਖਿਆ ਹੁੰਦਾ ਸੀ ਜਾਂ ਛੋਟੀ ਜੀ ਫੋਟੋ ਹੁੰਦੀ ਸੀ ਉਹ ਤਰੀਕ ਲਿਖੀ ਹੁੰਦੀ ਸੀ ਕਿ ਇਸ ਤਰੀਕ ਨੂੰ ਫਲਾਮ ਫਲਾਮ ਫਿਲਮ ਲੱਗ ਰਹੀ ਹੈ ਉਹ ਇਸ ਤਰ੍ਹਾਂ ਦੀ ਫੋਟੋ ਹੁੰਦੀ ਸੀ ਉਹਦੇ ਚ ਕਈ ਵਾਰੀ شناخت ਹੀ ਨਹੀਂ ਹੁੰਦੀ ਸੀ ਵੀ ਕੀਦੀ ਹੈ ਇਹ ਤੇ ਹੁਣ ਤਾਂ ਇੰਨਾ ਤਰੀਕਾ ਜਿਸ ਤਰ੍ਹਾਂ ਹੁਣ ਆਪਾਂ ਗੱਲਬਾਤ ਕਰ ਰਹੇ ਆਂ ਔਰ ਘਰ-ਘਰ ਦੇ ਵਿੱਚ ਤੁਹਾਡੀ ਗੱਲ ਪਹੁੰਚ ਰਹੀ ਹੈ ਹਰ ਬੱਚੇ ਦੇ ਹੱਥ 'ਚ ਮੋਬਾਈਲ ਹੈਗਾ ਔਰ ਹਰ ਨਿਊਜ਼ ਹਰਕ ਬੰਦੇ ਤੱਕ ਪਹੁੰਚ ਜਾਂਦੀ ਹੈ ਇਹ ਚੀਜ਼ਾਂ ਉਹਦੋਂ ਤੱਕ ਕਿੱਥੇ ਸੀ ਇੱਕ ਨਵੀਂ ਗੱਲ ਹੈ ਜਦੋਂ ਉਦੋਂ ਸੋਸ਼ਲ ਮੀਡੀਆ ਨਹੀਂ ਹੁੰਦਾ ਸੀ ਉਹ ਤਾਂ ਤੁਸੀਂ ਜਦੋਂ ਦੀ ਮੋਬਾਈਲ ਹੀ ਨਹੀਂ ਸੀਗਾ ਹਾਂ ਜੀ ਤੇ ਤੁਸੀਂ ਕਦੋਂ ਤੋਂ ਸੋਸ਼ਲ ਮੀਡੀਆ ਤੇ ਅਪਡੇਟ ਹੋਏ ਹੋ ਜਦੋਂ ਆ ਬਸ ਮੈਂ ਤਾਂ ਹੁਣ ਪਿਛਲੇ ਸਾਲਾਂ ਚ ਇਹਨੂੰ ਥੋੜਾ ਮੋਟਾ ਕਿਉਂਕਿ ਸਾਡੇ ਇਹ ਜ਼ਰੂਰੀ ਹੋ ਗਿਆ ਅੱਜ ਕੱਲ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ ਜਾਂ ਫਿਲਮਾਂ ਨੂੰ ਕਰਨ ਲਈ ਬਸ ਉਹਨਾਂ ਕੀ ਇਸਤੇਮਾਲ ਕਰੀਦੇ ਕਿਉਂਕਿ ਤੁਸੀਂ ਜਿਹੜੀ ਜਦੋਂ ਪੋਸਟ ਪਾਈ ਲੋਕ ਡੀਕਦੇ ਰਹਿੰਦੇ ਆ ਨਹੀਂ ਤਾਂ ਇਹ ਹੁੰਦਾ ਕੈਰੇਕਟਰ ਕਈ ਵਾਰ ਕਿ ਇੰਡਸਟਰੀ ਚ ਬਹੁਤ ਸਾਰੇ ਲੋਕ ਕੰਮ ਕਰ ਰਹੇ ਬੜਾ ਨਾਮਣਾ ਕਈਆਂ ਨੇ ਖਟਿਆ ਪਰ ਲੋਕ ਗਾਲਾਂ ਦੀਆਂ ਵੀ ਨੇਰੀਆਂ ਮੋਰਾ ਦਿੰਦੇ ਆ ਪਰ ਗੁੱਗੂ ਗਿੱਲ ਹੁਣਾਂ ਨੂੰ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਕਦੇ ਸਾਰਿਆਂ ਦਾ ਬਹੁਤ ਪਿਆਰ ਮਿਲਿਆ ਜੀ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਤੁਸੀਂ ਵੀ ਮੈਂ ਦੇਖਿਆ ਜਦੋਂ ਕਿ ਗਿੱਲ ਸਾਹਿਬ ਨੇ ਪੂਸ਼ਪਾ ਆ ਕੇ ਆਪਦੀ ਪੁਰਾਣੀ ਫਿਲਮ 31 ਸਾਲਾਂ ਬਾਅਦ ਰੀ-ਰੀਲੀਜ਼ ਕਰ ਰਹੇ ਉਹਦੀ ਵੀ ਇਨਫੋਰਮੇਸ਼ਨ ਤੁਸੀਂ ਆਪਦੇ ਪੇਜ ਤੇ ਦਿੱਤੀ ਹੈ ਇਹ ਵੀ ਫਾਇਦਾ ਹੋ ਗਿਆ ਤੁਹਾਨੂੰ ਸੋਸ਼ਲ ਇਹ ਤਾਂ ਹੁੰਦਾ ਹੀ ਹੈ ਹੁਣ ਤੁਸੀਂ ਇਹ ਤੁਹਾਡੇ ਹੱਥ 'ਚ ਜੇ ਕੋਈ ਇੱਕ ਕੰਮ ਦੀ ਚੀਜ਼ ਹੈ ਤਾਂ ਉਹਨੂੰ ਵਰਤੋਂ ਚ ਲਿਆਉਣਾ ਚਾਹੀਦਾ ਹੂੰ ਜਿਹੜੇ ਪੁਰਾਣੇ ਤੁਹਾਡੇ ਨਾਲ ਕੰਮ ਕਰਦੇ ਰਹੇ ਨੇ ਲੋਕ ਔਰ ਉਹਨਾਂ ਦੇ ਨਾਲ ਹੁਣ ਕੰਮ ਕਰ ਰਹੇ ਹੋ ਤੁਸੀਂ ਕਿਸੇ ਨਵੇਂ ਨਵੇਂ ਪ੍ਰੋਜੈਕਟ ਉਹਨਾਂ ਦੇ ਨਾਲ ਆ ਰਹੇ ਨੇ ਕਿਸੇ ਦੇ ਨਾਲ ਪੁਰਾਣੇ ਪੁਰਾਣੇ ਜਿਹੜੇ ਬੰਦਿਆਂ ਦੇ ਨਾਲ ਤੁਸੀਂ ਕੰਮ ਕਰਦੇ ਰਹੇ ਹੋ ਭਾਵੇਂ ਯੋਗਰਾਜ ਜੀ ਹੋਣ ਜਾਂ ਫਿਰ ਹੋਰ ਜਿੰਨੇ ਵੀ ਆਰਟਿਸਟ ਦੇ ਨਾਲ ਕੰਮ ਕਰਦੇ ਰਹੇ ਨੇ ਤੁਸੀਂ ਉਹਨਾਂ ਨਾਲ ਵੀ ਹੁਣ ਆ ਰਹੀਆਂ ਕੋਈ ਨਹੀਂ ਹਾਲੇ ਮੇਰੇ ਕੋਈ ਐਸਾ ਕੋਈ ਨਿਗਾਚ ਨਹੀਂ ਆਈ ਕੋਈ ਵੀ ਫਿਲਮ ਜੀ ਦੇ ਵਿੱਚ ਯੋਗ ਜੀ ਜਾਂ ਕੁਝ ਜਿਨ੍ਹਾਂ ਦੇ ਨਾਲ ਮੌਕਾ ਮਿਲ ਰਿਹਾ ਹੋਵੇ ਲੇਕਿਨ ਕਦੇ ਵੀ ਆਏਗਾ ਤਾਂ ਬੜੀ ਖੁਸ਼ੀ ਹੋਏਗੀ ਕਿਉਂਕਿ ਯੋਗ ਸਾਹਿਬ ਨਾਲ ਕੰਮ ਕਰਨਾ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਔਰ ਸਾਡੀਆਂ ਬਹੁਤ ਸਾਰੀਆਂ ਫਿਲਮਾਂ ਕੱਠੀਆਂ ਦੀਆਂ ਬੜੀਆਂ ਕਾਮਯਾਬ ਰਹੀਆਂ ہیں ਪਹਿਲਾਂ ਦੇ ਦੌਰ ਚ ਲੇਕਿਨ ਮੈਂ ਸਮਝਦਾ ਕਿ ਹੁਣ ਥੋੜਾ ਜਿਹਾ ਟ੍ਰੈਂਡ ਵੀ ਚੇਂਜ ਹੈ ਉਹ ਇੱਕ ਹਰ ਚੀਜ਼ ਦਾ ਇੱਕ ਮੌਕਾ ਹੁੰਦਾ ਉਸ ਵੇਲੇ ਉਸ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਸੀ ਲੋਕ ਪਸੰਦ ਕਰ ਰਹੇ ਸੀ ਫਿਰ ਕੁਝ ਹੋਰ ਹੋ ਗਿਆ ਫਿਰ ਕੁਝ ਹੋਰ ਜਿਵੇਂ ਹੁਣ ਪਿਛਲੇ ਦੌਰ ਤੋਂ ਕਾਮੇਡੀ ਕਾਫੀ ਚੱਲ ਰਹੀ ਹੈ ਹੁਣ ਫਿਰ ਥੋੜਾ ਉਦੇ ਤੋਂ ਹਟ ਕੇ ਕਹਾਣੀਆਂ ਵੱਲ ਸ਼ੁਰੂਆਤ ਹੋਈ ਹੈ ਪਰ ਕੋਈ ਯਾਦ ਸਾਂਝ ਕਰਨਾ ਚਾਹੁੰਗਾ ਯੋਗਰਾਜ ਜੀ ਉਹਨਾਂ ਦੇ ਨਾਲ ਤਾਂ ਬਹੁਤ ਲੰਮਾ ਸਮਾਂ ਕੰਮ ਕੀਤਾ ਪਿੱਛੇ ਜੇ ਚਰਚਾਵਾਂ ਚੱਲੀਆਂ ਕਿ ਕਹਿੰਦੇ ਕਿ ਪਤਾ ਨਹੀਂ ਕੋਈ ਸ਼ਾਇਦ ਅਣਬਣ ਨਾ ਹੋ ਜਾਵੇ ਇਹ ਸੋਸ਼ਲ ਮੀਡੀਆ ਦੇ ਜ਼ਮਾਨੇ ਚ ਚੀਜ਼ਾਂ ਬਹੁਤ ਚੱਲਦੀਆਂ ਨੇ ਉਹਦਾ ਕੋਈ ਗੱਲ ਹੈ ਹੀ ਨਹੀਂ ਸੱਚੀ ਗੱਲ ਤੇ ਜਦ ਤੁਸੀਂ ਇਕੱਠੇ ਕੰਮ ਕਰਦੇ ਹੋ ਤਾਂ ਕਈ ਵਾਰ ਤੁਸੀਂ ਅੰਗਲੇ ਸ਼ਿਕਵੇ ਵੀ ਕਈ ਦਫਾ ਹੋ ਜਾਂਦੇ ਆ ਲੇਕਿਨ ਸਾਡੇ ਕੋਈ ਐਸਾ ਅੰਗਲਾ ਸ਼ਿਕਵਾ ਨਹੀਂ ਬਹੁਤ ਮੇਰੇ ਵੱਡੇ ਭਰਾਵਾਂ ਦੀ ਤਰ੍ਹਾਂ ਨੇ ਬਹੁਤ ਇੱਜ਼ਤ ਕਰਦੇ ਆਂ ਅਸੀਂ ਇੱਕ ਦੂਸਰੇ ਦੀ ਤਾਂ ਮੈਥੋ ਜੂਨੀਅਰ ਲਿੰਗ ਉਹ ਪਹਿਲਾਂ ਦੇ ਉਹਨਾਂ ਨਾਲ ਵਿਰਿੰਦਰ ਜੀ ਦੇ ਨਾਲ ਸ਼ੁਰੂ ਹੋਏ ਸੀ ਤਾਂ ਬਾਕੀ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲੇ ਸਪੋਰਟਸਮੈਨ ਹੋਣ ਦੇ ਨਾਲ ਤੇ ਐਕਸਰਸਾਈਜ਼ ਵਗੈਰਾ ਸ਼ੁਰੂ ਤੋਂ ਕਰਦੇ ਸੀ ਉਹਨਾਂ ਨੂੰ ਵੇਖ ਵੇਖ ਮੈਨੂੰ ਵੀ ਸ਼ੌਕ ਪੈਦਾ ਹੋਇਆ ਔਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਦ ਤੁਸੀਂ ਇਕੱਠੇ ਹੁੰਨੇ ਉਹ ਤਾਂ ਸਿੱਖਦੇ ਹੋ ਕੋਈ ਯਾਦ ਸਾਂਝੀ ਕਰਨਾ ਚਾਹੋਗੇ ਯੋਗਰਾਜ ਸਿੰਘ ਨਾਲ ਕੋਈ ਫਿਲਮ ਦੇ ਸੈਟ ਦੀ ਜੀ ਗਲਤਾਂ ਹੁਣ ਯਾਦ ਨਹੀਂ ਆ ਰਹੀ ਕਿ ਲੇਕਿਨ ਹੌਲੀ ਹੌਲੀ ਸ਼ਾਇਦ ਕੋਈ ਆ ਆ ਵੀ ਗਈ ਤਾਂ ਮੈਂ ਦੱਸੂਗਾ ਲੇਕਿਨ ਹਰ ਦੇਣੀ ਵਧੀਆ ਲੱਗਦਾ ਸੀ ਇਕੱਠੇ ਭਰਾਵਾਂ ਸੱਜਣਾਂ ਦੇ ਨਾਲ ਤੁਹਾਨੂੰ ਚੰਗਾ ਲੱਗਦਾ ਕੰਮ ਕਰਨਾ ਕੋਈ ਜੋਣੇ ਮੋੜ ਫਿਲਮ ਦੀ ਕੋਈ ਯਾਦ ਜ਼ਰੂਰ ਮੈਂ ਚਾਹੁੰਦਾ ਕਿ ਇੱਕ ਵਾਰ ਕੋਈ ਸਾਂਝੀ ਕਰੋਂ ਸੈਟ ਦੀ ਕੋਈ ਗੱਲ ਜਿਹੜੀ ਜੇਓਨੋ ਮੋਡ ਦੇ ਵਿੱਚ ਇੱਕਦਮ ਅੱਜ ਪਹਿਲਾਂ ਵੀ ਗੱਲ ਕਰਕੇ ਸੀ ਤਾਂ ਕਿ ਜਿਨ੍ਹਾਂ ਦੇ ਤੁਸੀਂ ਫੈਨ ਹੋਨੇ ਹੋ ਤਾਂ ਅੱਜ ਤੁਹਾਡੇ ਨਾਲ ਜਦ ਤੁਹਾਨੂੰ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਜਿਸ ਤਰ੍ਹਾਂ ਸਦੀਕ ਸਾਹਿਬ ਨੂੰ ਹਮੇਸ਼ਾ ਤੋਂ ਅਸੀਂ ਮੈਂ ਸਭ ਨੇ ਕਿ ਸਭ ਤੋਂ ਪਹਿਲਾ ਇੱਕ ਸਿੰਗਰ ਆਰਟਿਸਟ ਜਿਹਦਾ ਮੈਂ ਫੈਨ ਸੀ ਉਹ ਸਦੀਕ ਸਾਹਿਬ ਸੀ ਜਿਵੇਂ ਸਾਡੇ ਦੇਸੀ ਗਾਇਕੀ ਚ ਤਾਂ ਉਹ ਉਹ ਉਹਨਾਂ ਦੇ ਨਾਲ ਕਾਫੀ ਦਿਨ ਰਹਿਣ ਦਾ ਮੌਕਾ ਮਿਲੇ ਔਰ ਇਕੱਠੇ ਨੇ ਅਸੀਂ ਸਕਰੀਨ ਸ਼ੇਅਰ ਕੀਤੀ ਇਹ ਆਪਣੇ ਆਪ ਚ ਇੱਕ ਚੰਗਾ ਐਕਸਪੀਰੀਅੰਸ ਸੀ ਔਰ ਸੁਰਿੰਦਰ ਚਿੰਦਾ ਜੀ ਜਿੰਨਾਂ ਦੀ ਆਵਾਜ਼ ਹਮੇਸ਼ਾ ਮੇਰੇ ਤੇ ਸੂਟ ਕਰਦੀ ਰਹੀ ਉਹ ਵੀ ਸਾਡੇ ਨਾਲ ਹੀ ਰਹੇ ਚਿੰਦਾ ਸਾਹਿਬ ਦੀ ਆਵਾਜ਼ ਹਮੇਸ਼ਾ ਹੀ ਸਮਝੀ ਜਾਂਦੀ ਹੈ ਜਿਵੇਂ ਵੀ ਵੱਧ ਤੋਂ ਵੱਧ ਜੇ ਕੋਈ ਮੇਰੀ ਸਕਰੀਨ ਤੇ ਆਵਾਜ਼ ਦਿਤੀ ਹੈ ਉਹਨਾਂ ਨੇ ਹੀ ਸ਼ਾਇਦ ਦਿਤੀ ਹੋਵੇ ਤਾਂ ਉਹ ਵੀ ਸਾਡੇ ਨਾਲ ਹੁੰਦੇ ਸੀ ਹਰ ਰੋਜ਼ ਹਾਸਾ ਖੇਡਾ ਆਈ ਜਾਂ ਗੱਲਾਂ ਚੱਲਦੀਆਂ ਰਹਿੰਦੀਆਂ ਸੀ ਤਾਂ ਇੱਕ ਥੋੜਾ ਜਿਹਾ ਐਕਸੀਡੈਂਟ ਵੀ ਹੋਇਆ ਸੀ ਮਕੂੜੀ ਤੋਂ ਡਿੱਗ ਕੇ ਝੋਟ ਖਾਦੀ ਸੀ ਉਹ ਜਦ ਜਿਉਣਾ ਮੋੜ ਛਤਰ ਚੜਾਉਣ ਵਾਸਤੇ ਜਾਂਦਾ ਤਾਂ ਉਹ ਪੋਰਸ਼ਨ ਅਸੀਂ ਥੋੜਾ ਜਿਹਾ ਪੋਰਸ਼ਨ ਬੰਬੇ ਕਰਨਾ ਪਿਆ ਸੀ ਓਕੇ ਬੰਬੇ ਉਹ ਪਹਾੜੀਆਂ ਜੀਆਂ ਦੇ ਵਿੱਚ ਕੁੜੀ ਥੋੜੀ ਜਿਹੀ ਪਤਾ ਨਹੀਂ ਕੁਛ ਇਸ ਤਰ੍ਹਾਂ ਦੀ ਸੀ ਵੀ ਉਹ ਵਿਦਕ ਕੇ ਉਹ ਪਹਾੜੀ ਤੇ ਚੜ ਗਈ ਇੱਕ ਡੰਡੀ ਜੀ ਤੇ ਉੱਤੇ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਨੂੰ ਛਾਲ ਮਾਰਨੀ ਪਈ ਉਹ ਛਾਲ ਮਾਰਨ ਦੀ ਵਜ੍ਹਾ ਨਾਲ ਹੱਥ ਥੱਲੇ ਵੱਜਿਆ ਉਹ ਥੁੱਕ ਰੈਕ ਹੋ ਗਈ ਸੀ ਤਾਂ ਫਿਰ ਕਈ ਦਿਨ ਉਹ ਪਲਾਸਟਰ ਜਿਹਾ ਵੀ ਰੱਖਣਾ ਪਿਆ ਵੈਸੇ ਤਾਂ ਕਹਿੰਦੇ ਡਿਗ ਡਿਕੇ ਬੰਦਾ ਸਵਾਰ ਬਣਦਾ ਪਰ ਤੁਸੀਂ ਤਾਂ ਪੱਕੇ ਸਵਾਰ ਸੀਗੇ ਪੂਰੇ ਸਵਾਰ ਉਹ ਐ ਸੀ ਨਾ ਜਿੱਥੇ ਥੱਲੇ ਪੱਥਰ ਆ ਗਿਆ ਉਹ ਪੈਰ ਇਸ ਤਰ੍ਹਾਂ ਉਹ ਬੈਲੈਂਸ ਆਊਟ ਹੋ ਗਿਆ ਛਾਲ ਮੈਨੂੰ ਤਾਂ ਮਾਰਨੀ ਪਈ ਕਿ ਉਹ ਇਸ ਤਰ੍ਹਾਂ ਦੀ ਜਗ੍ਹਾ ਤੇ ਕੋੜੀ ਲੱਗੀ ਜਿੱਥੇ ਖਤਰਾ ਸੀ ਵੀ ਦਰਖਤਾਂ ਨਾ ਵਜੇ ਕਿਸੇ ਸਿਰ ਸੋਰ ਹਾਂ ਯੂਨੀਵਰਸੀ ਉਹਨਾਂ ਦੇ ਡੰਡੇ ਜੀ ਦਰਖਤਾਂ ਦੇ ਡਾਣੇ ਤਾਂ ਉਹ ਛਾਲ ਮਾਰਨ ਦੀ وجہ ਨਾਲ ਥੱਲੇ ਜਗਾ ਇਸ ਤਰ੍ਹਾਂ ਦੀ ਸੀ ਜਿੱਥੇ ਬੈਲੈਂਸ ਨਹੀਂ ਬਣਿਆ ਤਾਂ ਵੈਸੇ ਤਾਂ ਜੋ ਲੋਕ ਕੁੜੀ ਗਾੜੀ ਤੇ ਚੜਦੇ ਹੀ ਤੇ ਪਰ ਉਹ ਇਹ ਹਾਲਾਤ ਬਣ ਗਏ ਕੁਦਰਤੀ ਉਹ ਫਿਰ ਸੀਨ ਰਿਕਾਰਡ ਹੋਇਆ ਸੀ ਜਾਂ ਉਹ ਕੈਮਰਾ ਗ੍ਰੀਨ ਚੋਂ ਉਹ ਤਾਂ ਨਹੀਂ ਹੋਇਆ ਲੇਕਿਨ ਕੋ ਜਦ ਕੋ ਪਾੜ ਤੇ ਇੱਕ ਥਾਂ ਆਉਂਦਾ ਜਿੱਥੇ ਇੱਕੇਦਮ ਪਾੜ ਨੂੰ ਚੜ ਜਾਂਦੀ ਉਹ ਤਾਂ ਹੈ ਫਿਲਮ ਦੇ ਵਿੱਚ ਉਹਨਾਂ ਕਿ ਰੱਖਿਆ ਉਸ ਤੋਂ ਬਾਅਦ ਉਹਨਾਂ ਕਿ ਰੱਖਿਆ ਉਹ ਫਿਰ ਹਾਂ ਕੱਟ ਕੇ ਤੋਂ ਫਿਰ ਆਊਟ ਆਫ ਰੇਂਜ ਕੈਮਰੇ ਤੋਂ ਹਾਂ ਬਿਲਕੁਲ ਤਾਂ ਉਹ ਉਦੋਂ ਵੀ ਔਰ ਉਸ ਤੋਂ ਬਾਅਦ ਫਿਰ ਬਾਕੀ ਦਾ ਰਿਕਾਰਡ ਕਿੱਥੇ ਹੋਈ ਇਹ ਸ਼ੂਟ ਕਿੱਥੇ ਹੋਈ ਫਿਲਮ ਇਹ ਰਾਜਸਥਾਨ ਚ ਹੋਈ ਸੀ ਜ਼ਿਆਦਾ ਹਨੂਮਾਨਗੜ੍ਹ ਦੇ ਕੋਲਾ ਫਾਰਮ ਵਗੈਰਾ ਉਹ ਉਸ ਜੰਗਲ ਵਖਾਇਆ ਗਿਆ ਸੀ ਔਰ ਉੱਥੇ ਕਈ ਪਿੰਡ ਖੋਸੇਜੱਕ ਪਿੰਡ ਹੈ ਇੱਕ ਜੰਡ ਵਾਲਾ ਪਿੰਡ ਹੈ ਇੱਕ ਹਾਂ ਉੱਥੋਂ ਦਾ ਲੋਕਾਂ ਨੇ ਖੋਸੇਜੱਕ ਵਾਲਿਆਂ ਨੇ ਜੰਡ ਵਾਲੇ ਦੇ ਲੋਕਾਂ ਨੇ ਬਹੁਤ ਮਦਦ ਕੀਤੀ ਭਗਤਪੁਰੇ ਦੇ ਸਰਦਾਰ ਜਮੇਰ ਸਿੰਘ ਸੀ ਉਹਨਾਂ ਦੇ ਪਰਿਵਾਰ ਨੇ ਬਹੁਤ ਹੈਲਪ ਕੀਤੀ ਇਸ ਤਰ੍ਹਾਂ ਕਰਕੇ ਉਸ ਵੇਲੇ ਤਾਂ ਕਿਉਂਕਿ ਸਾਰਿਆਂ ਦੀ ਮਦਦ ਦੇ ਨਾਲ ਹੀ ਕੰਮ ਹੁੰਦੇ ਸੀ ਔਰ ਇਹ ਏਡੀ ਵੱਡੀ ਫਿਲਮ ਸੀ ਉਸ ਵੇਲੇ ਇਹ ਇਹ ਸਿਸਟਮ ਨਹੀਂ ਸ਼ੁਰੂ ਹੋਇਆ ਸੀ ਕਿ ਕਿਸੇ ਵੀ ਲੋਕੇਸ਼ਨ ਨੂੰ ਪੇ ਕਰਕੇ ਤੁਸੀਂ ਲੋਕੇਸ਼ਨ ਲੈਣ ਨੂੰ ਜਿਵੇਂ ਅੱਜ ਕੱਲ੍ਹ ਚੱਲਦਾ ਹੈ ਜੀ ਤਾਂ ਉਸ ਵੇਲੇ ਤਾਂ ਇਹ ਨਹੀਂ ਸੀ ਵੀ ਫਲਾਣੇ ਫਲਾਣੇ ਥਾਂ ਤੇ ਸ਼ੂਟਿੰਗ ਕਰਨੀ ਹੈ ਤਾਂ ਉਹਨਾਂ ਨੂੰ ਪੁੱਛ ਲਓ ਉਹ ਬੜੀ ਖੁਸ਼ੀ ਨਾਲ ਸਾਰਿਆਂ ਨੇ ਉਹ ਲੋਕੇਸ਼ਨਜ਼ ਇਸਤੇਮਾਲ ਕਰਨ ਵਾਸਤੇ ਆਪਣੇ ਘਰ ਖੋਲਤੇ ਜਾਂ ਕੋਈ ਜਿਸ ਤਰ੍ਹਾਂ ਹਥਿਆਰ ਚਾਹੀਦੇ ਸੀ ਉਹਦੇ ਵਿੱਚ ਕਾਫੀ ਸਾਰੇ ਉਹ ਵੀ ਆ ਗਏ ਘੋੜੇ ਜਿਹੇ ਸੀ ਉਹ ਵੀ ਲੋਕਾਂ ਦੇ ਫ੍ਰੀ ਹਾਂਜੀ ओरिजिनल ਤਿਆਰ ਔਰ ਘੋੜੇ ਘੋੜੀਆਂ ਇਸ ਤਰ੍ਹਾਂ ਕਰਕੇ ਉਹ ਕਾਫੀ ਚਾਹੀਦੇ ਸੀ ਉਹ ਮਿਲ ਕੇ ਸਾਨੂੰ ਤੇ ਬਿਲਕੁਲ ਕਿਸੇ ਨੇ ਕੋਈ ਪੈਸਾ ਵੀ ਨਹੀਂ ਲਿਆ ਹੁਣ ਲੱਗਦਾ ਗੱਲ ਸਭ ਕੀ ਜ਼ਮਾਨਾ ਬਦਲ ਗਿਆ ਹੁਣ ਮੈਨੂੰ ਲੱਗਦਾ ਇਸ ਤਰ੍ਹਾਂ ਦੀਆਂ ਸਹੂਲਤਾਂ ਹੁਣ ਸਿਸਟਮ ਸ਼ੁਰੂ ਹੋ ਗਿਆ ਵੀ ਜਿਹੜੀ ਵੀ ਚੀਜ਼ ਚਾਹੀਦੀ ਹੈ ਉਹ ਪੇ ਕਰਦੇ ਆ ਇਹ ਹਾਂਜੀ ਪੇਡ ਹੋ ਗਿਆ ਤਾਂ ਹੀ ਬਜਟ ਵੀ ਥੋੜੇ ਜਿਹੇ ਵੱਡੇ ਹੋ ਗਏ ਤਾਂ ਉਹ ਇਹ ਚੀਜ਼ਾਂ ਵਿੱਚ ਆ ਗੀਆਂ ਤੁਸੀਂ ਜਿੱਦਾਂ ਦੇ ਪਹਿਲਾਂ ਫਿਲਮਾਂ ਦੇ ਵਿੱਚ 31 ਸਾਲ ਪਹਿਲਾਂ ਫਿਲਮ ਬਣਾਈ ਔਰ 15 20 ਸਾਲ ਪਹਿਲਾਂ ਦੇਖੀ ਹੋਊਗੀ ਅਸੀਂ ਵੀ ਔਰ ਤੋਂ ਬਾਅਦ ਹੁਣ ਵੀ ਉਹੋ ਜਿਹਾ ਹੀ ਕਰੈਕਟਰ ਮੈਂਟੇਨ ਕਰਕੇ ਰੱਖਿਆ ਹੋਇਆ ਹੈ ਅੱਜੇ ਵੀ ਤੁਸੀਂ ਅੱਛਾ ਜੀ ਠੀਕ ਹੈ ਥੈਂਕ ਯੂ so much ਆਪਸ ਤੁਸੀਂ ਕੰਪਲੀਮੈਂਟ ਦਿੰਦੇ ਹੋ ਜਿਆਦਾ ਫਿਰ ਹੋਰ ਤਕੜੇ ਹੋ ਜਾਈਦਾ ਐਕਸਰਸਾਈਜ਼ ਕਿੰਨੇ ਘੰਟੇ ਲਾਉਨੇ ਹੁੰਦੇ ਐਕਸਰਸਾਈਜ਼ ਕੋਈ ਬਾੜੇ ਘੰਟਿਆਂ ਵਾਲੀ ਗੱਲ ਤਾਂ ਨਹੀਂ ਵੀ ਇੱਕ ਘੰਟੇ ਦੇ ਵਿੱਚ ਵਿੱਚ ਅੱਧਾ ਪੌਣਾ ਘੰਟਾ ਵੀ ਬਹੁਤ ਹੁੰਦਾ ਜੇ ਤੁਸੀਂ ਰੈਗੂਲਰ ਕਰੋ ਹਮ ਬਸ ਇਹ ਜੇ ਕਰ ਲਈ ਤੇ ਘੰਟੇ ਦੇ ਵੀ ਉਨ ਵਿੱਚ ਵਿੱਚ ਸਾਰਾ ਵਿੱਚ ਉਹਦੇ ਵਿੱਚ ਰੈਸਟ ਵੀ ਆ ਜਾਂਦੀ ਏ ਥੋੜਾ ਬਹੁਤ ਕਾਰ ਵੀ ਲਈਦਾ ਵੀ ਜਿਵੇਂ ਜਿੰਨਾ ਕੁ ਤੁਸੀਂ ਜ਼ਰੂਰਤ ਸਮਝਦੇ ਹੋ ਉਹ ਵਾਰਮ ਅਪ ਹੋਣ ਤੋਂ ਲੱਗ ਕੇ ਦਿਨ ਚਰਿਆ ਕੀ ਰਹਿੰਦੀ ਫਿਰ ਕੂੜੇ ਅਜੇ ਵੀ ਰੱਖੇ ਹੋਏ ਨਹੀਂ ਇਸ ਵੇਲੇ ਮੇਰੇ ਕੋਲ ਕੋੜਾ ਹੈ ਨਹੀਂ ਕੋਈ ਲੇਕਿਨ ਮੈਨੂੰ ਸ਼ੌਕ ਤਾਂ ਹੈ ਹੀ ਉਹ ਪਹਿਲੇ ਦਿਨੋਂ ਸਾਡੇ ਪਰਿਵਾਰ ਦੇ ਵਿੱਚ ਹਮੇਸ਼ਾ ਕੋੜੇ-ਕੂੜੀਆਂ ਰਹਿੰਦੇ ਐ ਤਾਂ ਇਹਨਾਂ ਦੇ ਰਹਿਣੇ ਨਹੀਂ ਕੋਈ ਚਲੋ ਹੋਰ ਕੁਝ ਦਿਨ ਬਾਅਦ ਲਿਆਵਾਂਗੇ ਬਹੁਤ ਸਾਰੇ ਕਲਾਕਾਰਾਂ ਨੇ ਗਾਣੇ ਗਾਏ ਉਹਨਾਂ ਦੇ ਵਿੱਚ ਗੁੱਗਲ ਦਾ ਜ਼ਿਕਰ ਕੀਤਾ ਕੋਈ ਕਹਿੰਦਾ ਕਿ ਜੱਟ ਗੁੱਗੂ ਜੱਟ ਹਾਥੀ ਤੇ ਗੁੱਗੂ ਗੱਲ ਝੂਮ ਝੂਮ ਕਰਦੇ ਸਿੱਧੂ ਮੂਸੇ ਵਾਲਾ ਨੇ ਵੀ ਜ਼ਿਕਰ ਕੀਤਾ ਹੋਰ ਵੀ ਬੜਿਆਂ ਨੇ ਗੁੱਗੂ ਗੱਲ ਹੋਣਾ ਦੇ ਕਿਰਦਾਰ ਨੂੰ ਔਰ ਤੁਹਾਡੀ ਚਾਲ ਨੂੰ ਹਾਥੀ ਦੇ ਨਾਲ ਕੰਪੇਅਰ ਕੀਤਾ ਕਿਸੇ ਨੇ ਕਿਵੇਂ ਕੀਤਾ ਔਰ ਮੂਸੇ ਵਾਲਾ ਤਾਂ ਮੈਂ ਜ਼ਰੂਰ ਜ਼ਿਕਰ ਕਰੂੰਗਾ ਮੁਲਾਕਾਤ ਹੋਈ ਸੀ ਮੇਰੇ ਖਿਆਲ ਨਾਲ ਉਹਨੇ ਪੋਸਟ ਵੀ ਸਾਂਝੀ ਕੀਤੀ ਸੀਗੀ ਕੋਈ ਕੀ ਗੱਲਬਾਤ ਹੋਈ ਸੀ ਕੋਈ ਸਿੱਧੂ ਮੂਸੇ ਵਾਲਾ ਹੋਣਾ ਦੇ ਨਾਲ ਹਾਂਜੀ ਉਹ ਮੈਂ ਦੋ ਮੁਲਾਕਾਤਾਂ ਮੇਰੀਆਂ ਉਹਨਾਂ ਨਾਲ ਹੋਈਆਂ ਇੱਕ ਵਾਰੀ ਤੇ ਇੱਕ ਸਟੇਜ ਤੇ ਸਿਰਫ ਦੁਆ ਸਲਾਮ ਐਵੇਂ ਮਾੜੀ-ਮੋਟੀ ਹੋਈ ਸੀ ਉਸ ਤੋਂ ਪਹਿਲਾਂ ਉਹ ਮੈਨੂੰ ਘਰ ਮਿਲਣ ਆਏ ਸੀ ਜੀ ਮੇਰੇ ਘਰ ਤੋਂ ਥੋੜੀ ਜੀ ਦੂਰੀ ਤੇ ਐਮੀ ਵਿਰਖੋਰੀ ਸ਼ੂਟਿੰਗ ਕਰ ਰਹੇ ਸੀ ਇੱਕ ਫਿਲਮ ਦੀ ਸ਼ਾਇਦ ਸੋਕਣ-ਸੋਕਣੀ ਹੋਵੇ ਤਾਂ ਇਹਨਾਂ ਦੇ ਤਾਂ ਆਪਸ ਵਿੱਚ ਦੀ ਪਹਿਲਾਂ ਇੱਕ ਦੂਸਰੇ ਨੂੰ ਜਾਣਦੇ ਸੀ ਤਾਲੁਕਾਤ ਸੀ ਔਰ ਉਹਨਾਂ ਨੇ ਐਮੀ ਹੋਰਾਂ ਨੂੰ ਕਿਹਾ ਵੀ ਆਪਾਂ ਚੱਲੀਏ ਬਾਈ ਨੂੰ ਮਿਲ ਕੇ ਆਈਏ फिर ਇਹਨਾਂ ਦਾ ਸੁਨੇਹਾ ਆਇਆ ਤਾਂ ਚਲੋ ਆ ਗਏ ਘਰ ਤੇ ਅਸੀਂ ਵੈਲਕਮਿੰਗ ਕਰਨਾ ਸੀ ਤਾਂ ਬੜਾ ਚੰਗਾ ਲੱਗਿਆ ਬਹੁਤ ਹੀ ਪਿਆਰਾ ਮੁੰਡਾ ਸੀ ਵਿਚਾਰਾ ਬਹੁਤ ਹੀ ਦੁੱਖ ਹੁੰਦਾ ਜਦ ਵੀ ਉਹਦੀ ਗੱਲ ਹੁਣ ਵੀ ਜ਼ਿਆਦਾ ਆ ਜਾਂਦੀ ਹੈ ਤਾਂ ਤਾਂ ਮੈਨੂੰ ਉਹਦੇ ਗਾਣੇ ਤਾਂ ਚਲੋ ਕਈ ਗਾਣੇ ਕੁਝ ਜ਼ਿਆਦਾ ਪਸੰਦ ਹੁੰਦੇ ਕਈ ਰੂਟੀਨ ਚ ਕੱਟ ਹੁੰਦੇ ਐ ਲੇਕਿਨ ਮੈਨੂੰ ਮੈਂ ਵੈਸੇ ਉਹਦਾ ਫੈਨ ਉਹਦੀਆਂ ਆਦਤਾਂ ਕਰਕੇ ਜ਼ਿਆਦਾ ਸੀ ਜਿਹੜੀਆਂ ਜਿਹੜੀਆਂ ਉਹਦੇ ਚ ਖੂਬੀਆਂ ਸੀ ਜਿਸ ਤਰ੍ਹਾਂ ਉਹ ਆਪਣੇ ਪਿੰਡ ਰਹਿੰਦਾ ਸੀ ਜੜਾਂ ਨਾਲ ਜੁੜਿਆ ਹੋਇਆ ਸੀ ਆਪਣੇ ਮਾਪੇ ਬਾਪ ਦੀ ਬਜ਼ੁਰਗਾਂ ਦੀ ਬਹੁਤ ਖੇਦਮਤ ਕਰਦਾ ਸੀ ਬਹੁਤ ਉਹਨਾਂ ਦੀ ਇੱਜ਼ਤ ਕਰਦਾ ਸੀ ਇਹ ਚੀਜ਼ ਉਹਦੇ ਚ ਬਹੁਤ ਚੰਗੀ ਸੀ ਅ ਨਵੀਂ ਪਨੀਰੀ ਨੂੰ ਨਵੀਂ ਜਨਰੇਸ਼ਨ ਨੂੰ ਇੱਕ ਬਹੁਤ ਸੇਧ ਦੇਣ ਵਾਲੀਆਂ ਗੱਲਾਂ ਸੀ ਉਹਦੇ ਵਿੱਚ ਜਿਸ ਤਰ੍ਹਾਂ ਆਪਣੇ ਖੇਤਾਂ ਚ ਕੰਮ ਕਰਦਾ ਸੀ ਕਦੇ ਉਹ ਹਰ ਵਾਂ ਦਾ ਦਿਸਦਾ ਸੀ ਕਦੇ ਟਰਾਲੀ ਤੇ ਕੁਝ ਲਈ ਜਾਂਦਾ ਸੀ ਇਹ ਮਤਲਬ ਇਹ ਬੱਚੇ ਸਿੱਖਦੇ ਆ ਚੰਗੀ ਗੱਲ ਆਰਟਿਸਟ ਨੂੰ ਵੇਖ ਕੇ ਜ਼ਿਆਦਾ ਸਿੱਖਦੇ ਉਹਦੇ ਇਹ ਬਹੁਤ ਚੰਗੀਆਂ ਗੱਲਾਂ ਸੀ ਤੇ ਬਹੁਤ ਦੁੱਖਾਂ ਦੀ ਗੱਲ ਹੋਈ ਚਲੋ ਕੀ ਕਹਿ ਸਕਦੇ ਕੀ ਗੱਲਬਾਤ ਹੋਈ ਸੀ ਗੱਲ ਸਭ ਕਿਉਂਕਿ ਕੁਝ ਚੀਜ਼ਾਂ ਸਿਮਲਰ ਨੇ ਸਿੱਧੂ ਮੂਸੇ ਵਾਲੇ ਦੇ ਵਿੱਚ ਔਰ ਗੁੱਗੂ ਗਿੱਲ ਹੋਣਾ ਚ ਇੱਕ ਤਾਂ ਉਹ ਕੈਨੇਡਾ ਛੱਡ ਕੇ ਆਪਦੇ ਮੂਸੇਪਿੰਡ ਆ ਗਿਆ ਸੀ ਵਾਪਸ ਔਰ ਤੁਸੀਂ ਵੀ ਕਦੇ ਵਿਦੇਸ਼ ਗਏ ਕਨੇਡਾ ਬੰਬੇ ਹਾਂਜੀ ਹਾਂ ਤਾਂ ਇਹ ਚੀਜ਼ ਸੀ ਉਹਨੇ ਵਿਚਾਰਾ ਇਹ ਇਹ ਗੱਲਾਂ ਕਰਦਾ ਸੀ ਵੀ ਮੈਂ ਵੀ ਪਿੰਡ ਰਿਆ ਕਿ ਰਾਜ਼ੀ ਆ ਤਾਂ ਉਹ ਉਹ ਪਿੰਡ ਹੀ ਰਿਆ ਹਮੇਸ਼ਾ ਆਪਣੀ ਕਲਚਰ ਨਾਲ ਜੁੜ ਕੇ ਰਿਆ ਆਪਣੀ ਰਹਿਣ ਸਹਿਣ ਆਪਣਾ ਹੀ ਲਿਬਾਸ ਆਪਣੀ ਜ਼ੁਬਾਨ ਉਹਨੇ ਸਤਕਾਰ ਹਮੇਸ਼ਾ ਦਿੱਤਾ ਤਾਂ ਪੱਗ ਨੂੰ ਸਤਕਾਰ ਹਮੇਸ਼ਾ ਉਹਨੇ ਦਿੱਤਾ ਤਾਂ ਇਹ ਚੀਜ਼ਾਂ ਸੀ ਉਹਦੇ ਚ ਚੰਗੀਆਂ ਸੀਗੀਆਂ ਜਿਹੜੀਆਂ ਤਾਂ ਮੈਨਲਾ ਦੇ ਸੇ ਕਰਕੇ ਉਹਨੂੰ ਵੀ ਇੱਜ਼ਤ ਵੀ ਮਿਲੀ ਹੋਈ ਹੈ ਕਾਸ ਗੱਲ ਉਦੋਂ ਦੀ ਯਾਦ ਹੈ ਕਿ ਜਿਹੜੀ ਰੂਟੀਨ ਚੀ ਸੀ ਜੋ ਬੱਸ ਜ਼ਿਆਦਾ ਬੋਲਿਆ ਨਹੀਂ ਉਹ ਕਿਉਂਕਿ ਮੈਨੂੰ ਐ ਲੱਗਿਆ ਵੀ ਜੇ ਜਿਸ ਤਰ੍ਹਾਂ ਵੱਡਿਆਂ ਦੇ ਵਿੱਚ ਕੋਈ ਛੋਟੇ ਬੈਠ ਕੇ ਸਮਝਦੇ ਆ ਵਿਚਾਲੇ ਮੈਂ ਇਹਨਾਂ ਦੀ ਸੁਣਾ ਮੈਂ ਆਪ ਘੱਟ ਬੋਲਾਂ ਇਸ ਤਰ੍ਹਾਂ ਦਾ ਪਰ ਜਿੰਨਾਂ ਕੋ ਮੈਂ ਉਹਨਾਂ ਨਾਲ ਗੱਲ ਕਰਦਾ ਸੀ ਉਹ ਬਹੁਤ ادب ਨਾਲ ਸਤਿਕਾਰ ਨਾਲ ਉਹਦਾ ਜਵਾਬ ਦਿੰਦਾ ਸੀ ਪਰ ਇੱਕ ਵੀ ਇਹ ਵੀ ਹੈ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਸਿੱਧੂ ਦੇ ਜਾਣ ਤੋਂ ਬਾਅਦ ਸਾਰੇ ਸ਼ੌਕ ਉਹਨਾਂ ਨੂੰ ਵੀ ਲੱਗਿਆ ਜਿਹੜੇ ਲੋਕ ਦੁਸ਼ਮਣ ਵੀ ਸੀ ਉਹ ਵੀ ਲੋਕ ਕਹਿੰਦੇ ਕਿ ਹਾਂ ਜੀ ਕਿਉਂਕਿ ਵਾਕਈ ਹੋਦਾ ਸਾਰਿਆਂ ਨੇ ਦੁੱਖ ਮਨਾਇਆ ਬਹੁਤ ਤੁਹਾਨੂੰ ਉਦੋਂ ਸ਼ਾਮ ਨੂੰ ਪਤਾ ਲੱਗਿਆ ਸੀਗਾ ਹਾਂ ਬਿਲਕੁਲ ਔਰ ਬਹੁਤ ਸਾਰਿਆਂ ਨੂੰ ਜਿਸ ਤਰ੍ਹਾਂ ਆਪਾਂ ਹਰ ਬੰਦੇ ਨੂੰ ਹੀ ਬੁਰਾ ਲੱਗਿਆ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ ਸੀ ਫਾਦਰ ਸਾਹਿਬ ਨਾਲ ਜਾਂ ਕਦੇ ਗੱਲਬਾਤ ਹੋਈ ਉਸ ਤੋਂ ਬਾਅਦ ਕਦੇ ਮੈਂ ਮਿਲ ਕੇ ਆਇਆ ਸੀ ਉਹਨਾਂ ਦੀ ਮੌਤ ਤੋਂ ਬਾਅਦ ਅਫਸੋਸ ਕਰਕੇ ਆਇਆ ਹੂੰ ਤੁਸੀਂ ਪੰਜਾਬੀ ਫਿਲਮ ਇੰਡਸਟਰੀ ਦਾ ਫਿਊਚਰ ਕਹਿਿੰਦਾ ਦੇਖਦੇ ਹੋ ਕਿੱਥੇ ਜੱਟਕੀ ਹੋਈ ਦੇਖਦੇ ਹਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਹੁਣ ਤਾਂ ਬਹੁਤ ਗਰੋ ਕਰ ਗਈ ਹੈ ਸਾਡੀ ਇੰਡਸਟਰੀ ਔਰ ਡੇ ਬਾਈ ਡੇ ਹੋਰ ਹੋ ਰਿਹਾ ਹੈ ਔਰ ਨਵੇਂ-ਨਵੇਂ ਸਬਜੈਕਟ ਆ ਰਹੇ ਹੈ ਨਵੇਂ-ਨਵੇਂ ਲੋਗ ਆ ਰਹੇ ਹੈ ਜਦ ਅਸੀਂ ਸ਼ੁਰੂਆਤ ਕੀਤੀ ਸੀ ਉਸ ਵੇਲੇ ਸਾਡੀ ਇੰਡਸਟਰੀ ਦੇ ਵਿੱਚ ਹਿੰਦੀ ਇੰਡਸਟਰੀ ਤੋਂ ਆਉਣ ਵਾਲੇ ਥੋੜਾ ਐਪ੍ਰੇਜ਼ ਕਰਦੇ ਸੀ ਜੀ ਉਹ ਸੋਚਦੇ ਸੀ ਕਿ ਵੀ ਜੇ ਪੰਜਾਬੀ ਫਿਲਮ ਵਿੱਚ ਕੰਮ ਕੀਤਾ ਤਾਂ ਸ਼ਾਇਦ ਉਹਨਾਂ ਦਾ ਲੈਵਲ ਨਾ ਘਟ ਜਾਏ ਤਾ ਹੁਣ ਤਾਂ ਸ਼ੌਕ ਨਾਲ ਕਰਦੇ ਆ ਔਰ ਚਾਹੁੰਦੇ ਆ ਕਿ ਉਹਨਾਂ ਨੂੰ ਪੰਜਾਬੀ ਇੰਡਸਟਰੀ ਚ ਕੰਮ ਮਿਲੇ ਫਿਲਮਾਂ ਚ ਕੰਮ ਮਿਲੇ ਤਾਂ ਇਹ ਤਾਂ ਕਾਫੀ ਫਰਕ ਹੈ ਔਰ ਬਹੁਤ ਗਰੋ ਕਰ ਚੁੱਕੀ ਹੈ ਇੰਡਸਟਰੀ ਹੁਣ ਤਾਂ ਕਹਿੰਦੇ ਕਰੋੜਾਂ ਦਾ ਬਿਜ਼ਨਸ ਬਿਲਕੁਲ ਕਰੋੜਾਂ ਦਾ ਤੁਸੀਂ ਕਦੇ ਸੋਚਿਆ ਸੀ ਵੀ ਇਹ ਚੀਜ਼ਾਂ ਇਸ ਤਰੀਕੇ ਨਾਲ ਤਬਦੀਲੀਆਂ ਇਸ ਤਰੀਕੇ ਨਾਲ ਜਾਣਗੀਆਂ ਯੁੱਗ ਇੰਨੀ ਸਪੀਡ ਦੇ ਨਾਲ ਉਸ ਵੇਲੇ ਤਾਂ ਨਹੀਂ ਲੱਗਦਾ ਸੀ ਉਸ ਵੇਲੇ ਤਾਂ ਲੱਖਾਂ ਵਾਲੀ ਗੱਲ ਹੀ ਸੀ ਕੁਝ ਲੱਖਾਂ ਦੇ ਜਿਹੜੇ ਹੁਣ ਆਮ ਆਰਟਿਸਟ ਲੈ ਲੈਂਦੇ ਹੈ ਕਈ ਵਾਰੀ ਜਿੰਨਾ ਆਮ ਮਤਲਬ ਉਹ ਵੀ ਮਹਿੰਗੇ ਤੋਂ ਮਹਿੰਗੇ ਤੱਕ ਇਹ ਹੋ ਰਿਹਾ ਵੀ ਹੈਗੇ ਲੇਕਿਨ ਆਮ ਜਿਹੜੇ ਘੱਟ ਪੈਸੇ ਲੈਣ ਵਾਲੇ ਵੀ ਉਹਨੇ ਕ ਪੈਸੇ ਲੈ ਲੈਂਦੇ ਜਿੰਨੇ ਚ ਸਾਰੀ ਫਿਲਮ ਬਣ ਜਾਂਦੀ ਹੁੰਦੀ ਸੀ ਸਸਤੇ ਤੋਂ ਸਸਤੇ ਫਿਲਮ ਕਿਹੜੀ ਤੁਹਾਨੂੰ ਲੱਗਦਾ ਕਿ ਜਿਹੜੀ ਸਭ ਤੋਂ ਈਜ਼ੀ ਹੋਗੀ ਹੋਵੇ ਗੂਗਲ ਸਾਹਿਬ ਦੀ ਜਾਂ ਸਸਤੀ ਹੋਗੀ ਹੋਵੇ ਫਿਲਮ ਸੌਖੇ ਬਜਟ ਚ ਹੋਗੀ ਹੋਵੇ ਜਾਂ ਘੱਟ ਸਮੇਂ ਚ ਹੋਗੀ ਹੋਵੇ ਹਾਂ ਓਏ ਤਾਂ ਫਿਲਮਾਂ ਤਾਂ ਖੈਰ ਬਜਟ ਜ਼ਿਆਦਾ ਪ੍ਰੋਡਿਊਸਰ ਨੂੰ ਪਤਾ ਹੁੰਦਾ ਕਿਉਂਕਿ ਅਸੀਂ ਤਾਂ ਸਿਰਫ ਕੰਮ ਕਰਨ ਨਾਲ ਮਕਸਦ ਹੁੰਦਾ ਏ ਇੱਕ ਐਕਟਰ ਦਾ ਤਾਂ ਲੇਕਿਨ ਬਹੁਤ ਸਾਰੀਆਂ ਫਿਲਮਾਂ ਹੁੰਦੀਆਂ ਅੱਜ ਵੀ ਬਹੁਤ ਸਸਤੀਆਂ ਫਿਲਮਾਂ ਵੀ ਹੋਣਗੀਆਂ ਕਿ ਮਹਿੰਗੀਆਂ ਵੀ ਹੋਣਗੀਆਂ ਤਾਂ ਇਹ ਤਾਂ ਡਿਪੈਂਡ ਕਰਦਾ ਏ ਵੀ ਤੁਹਾਡੀ ਕਹਾਣੀ ਜਾਂ ਤੁਹਾਡੀ ਕਾਸਟ ਜਾਂ ਤੁਹਾਡਾ ਕਿਸ ਤਰ੍ਹਾਂ ਦਾ ਸੈਟਅਪ ਹੈ ਉਹਦਾ ਫਰਕ ਪੈ ਜਾਂਦਾ। ਪੁਰਾਣੇ ਐਕਟਰਸ ਦੇ ਵਿੱਚ ਕਿਹਨੂੰ ਸਭ ਤੋਂ ਵੱਧ ਮਿਸ ਕਰਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਯਾਰ ਇਹਨਾਂ ਬੰਦਿਆਂ ਨਾਲ ਕੰਮ ਕਰਨ ਦੀ ਇੱਛਾ ਹੈਗੀ ਹੈ ਇਹਨਾਂ ਨਾਲ ਕੰਮ ਕਰਨਾ। ਹਮਮ ਪੁਰਾਣੇ ਹਿੰਦੀ ਵਾਲੇ? ਹਿੰਦੀ ਹੋਣ ਪੰਜਾਬੀ ਬੋਲ। ਆ ਤਰਮਜੀਤ ਨੂੰ ਆਪਾਂ ਹਰ ਬੰਦਾ ਪਿਆਰ ਕਰਦਾ ਹੈ ਪੰਜਾਬੀ ਹੋਣ ਦੇ ਨਾਤੇ ਤਰਮਿੰਦਰ ਸਾਹਿਬ ਨੂੰ। ਹਾਂਜੀ। ਤੇ ਵੈਸੇ ਮੈਨੂੰ ਹੋਰ ਵੀ ਬਹੁਤ ਸਾਰੇ ਪਸੰਦ ਹੈ। ਹਮ ਜਿਵੇਂ ਸ਼ੇਤਰਗੋਨ ਸਿੰਧਨ ਸਾਹਿਬ ਦੀਆਂ ਕੁਝ ਡਿਪੈਂਡ ਕਰਦਾ ਕਿ ਕੁਝ ਕਿਸੇ ਆਰਟਿਸਟ ਦੀ ਕੋਈ ਚੀਜ਼ ਚੰਗੀ ਲੱਗਦੀ ਹੈ ਕਿਸੇ ਫਿਲਮ 'ਚ ਉਹਨੇ ਜ਼ਿਆਦਾ ਅੱਛਾ ਕੰਮ ਕੀਤਾ ਹੈ। ਹਮ ਕਿਸੇ ਆਰਟਿਸਟ ਨੇ ਕਿਸੇ ਜਿਵੇਂ ਵਿਨੋਦ ਖੰਨਾ ਸਾਹਿਬ ਦੀਆਂ ڈاکੂ ਵਾਲੀਆਂ ਫਿਲਮਾਂ ਬੜੀਆਂ ਵੇਖਦੇ ਹੁੰਦੇ ਤਾਂ ਵੈਸੇ ਦਿਲੀਪ ਕੁਮਾਰ ਸਾਹਿਬ ਦੀਆਂ ਮੈਂ ਬੜੀਆਂ ਵੇਖਦਾ ਫਿਲਮਾਂ ਪੁਰਾਣੀਆਂ ਉਹਦੇ ਚ ਕਈ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਦਾ ਹੈ ਕੰਮ ਉਹਨਾਂ ਦਾ ਵੇਖ ਕੇ ਹੋਰ ਵੀ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਨੂੰ ਤੁਸੀਂ ਕਈ ਕਿਸੇ ਕਿਸੇ ਫਿਲਮ ਚ ਜ਼ਿਆਦਾ ਪਸੰਦ ਕੀਤਾ ਹੁੰਦਾ ਵਰਿੰਦਰ ਹੁਣਾ ਦੇ ਨਾਲ ਵੀ ਹਾਂਜੀ ਵਰਿੰਦਰ ਜੀ ਨਾਲ ਮੈਂ ਇੱਕ ਫਿਲਮ ਕੀਤੀ ਸੀ ਜੱਟ ਤੇ ਜ਼ਮੀਨ ਜੀ ਤਾਂ ਉਹਦੇ ਵਿੱਚ ਮੈਨੂੰ ਮੌਕਾ ਮਿਲਿਆ ਉਹਦੇ ਵਿੱਚ ਉਹਨਾਂ ਦਾ ਨੁਕਸਾਨ ਹੋ ਗਿਆ ਸੀ ਸਾਰੀ ਫਿਲਮ ਬਣਨ ਤੋਂ ਬਾਅਦ ਇੱਕ ਅਸੀਂ ਤਾਂ ਖੈਰਫਰੀ ਹੋ ਕੇ ਆ ਗਏ ਸੀ ਘਰ ਉਲੇਕਿਨ ਉਹ ਉਹਨਾਂ ਵਾਲਾ ਦੁਕਾਨ ਤੋਂ ਹੋਇਆ ਉੱਥੇ ਨੇ ਲੁਧਿਆਣੇ ਰੀਚ ਐ ਐਗਜੈਕਟ ਕੀ ਹੋਇਆ ਸੀਗਾ ਜੀ ਵਰਿੰਦਰ ਉਹਨਾਂ ਦਾ ਜਦੋਂ ਸ਼ੂਟ ਚੱਲ ਰਿਹਾ ਸੀਗਾ ਮੈਂ ਉਹ ਜ਼ਰੂਰ ਚਾਹਨਾ ਕਿ ਸੰਝਾ ਉਹ ਮੈਂ ਤੇ ਯੋਗਰਾਜ ਸਾਹਿਬ ਫ੍ਰੀ ਹੋ ਗਏ ਸੀ ਇਹ ਵੀ ਚੰਡੀਗੜ੍ਹ ਆ ਗਏ ਸੀ ਮੈਂ ਵੀ ਘਰ ਆ ਗਿਆ ਸੀ ਔਰ ਸਾਨੂੰ ਉੱਥੇ ਮੈਨੂੰ ਘਰ ਆ ਕੇ ਇਹ ਨੂੰ ਪਤਾ ਲੱਗਿਆ ਵੀ ਰਾਤ ਅਸੀਂ ਲੇਟ ਆਏ ਤਾਂ ਰਾਤ ਦੀ ਨਿਊਜ਼ ਕਿਤੇ ਆਈ ਹੋਣੀ ਹੈ ਉਹ ਉਸ ਵੇਲੇ ਇਹ ਨਾ ਰੈਗੂਲਰ ਲਗਾਤਾਰ ਤਾਂ ਟੀਵੀ ਟੂ ਵੀ ਚੱਲਦੇ ਨਹੀਂ ਹੁੰਦੇ ਸੀਗੇ ਬਲੈਕ ਐਂਡ ਵਾਈਟ ਟੀਵੀ ਸੀ ਕਿ ਉਸ ਵੇਲੇ ਜ਼ਿਆਦਾ ਤਾਂ ਉਹ ਗੋਕਸੀਨ ਮੰਨ ਦੱਸਿਆ ਵੀ ਰਾਤ ਯਾਰ ਖਬਰ ਆਈ ਹੈ ਲੇਟ ਨਿਊਜ਼ ਦੇ ਵਿੱਚ ਇਹ ਦੱਸਿਆ ਗਿਆ ਸੀ ਵੀ ਵਿਰਿੰਦਰ ਜੀ ਦੀ ਮੌਤ ਹੋ ਗਈ ਇਸ ਤਰ੍ਹਾਂ ਕਰਕੇ ਬਾਅਦ ਚ ਪਤਾ ਲੱਗਿਆ ਕਿ ਉੱਥੇ ਫਾਇਰਿੰਗ ਫੂਰਿੰਗ ਹੋ ਗਈ ਕੋਈ ਟੈਰਰਿਸਟਾਂ ਨੇ ਨੁਕਸਾਨ ਕਰਤਾ ਉਹਨਾਂ ਦਾ ਕਿਉਂ ਪਹਿਲਾਂ ਵੀ ਥ੍ਰੈਟ ਹੈਗੇ ਸੀਗੇ ਕੋਈ ਨਹੀਂ ਐਜਾ ਕਦੇ ਉਹਨਾਂ ਨੂੰ ਦੱਸਿਆ ਨਹੀਂ ਸੀ ਲੇਕਿਨ ਉਹ ਵੈਸੇ ਉਹ ਹਾਲਾਤ ਉਸ ਦੌਰ ਦੇ ਇਸ ਤਰ੍ਹਾਂ ਸੀ ਕਿ ਸਾਰੇ ਡਰਦੇ ਤਾਂ ਸੀ ਬੰਬੇ ਵਾਲੇ ਉਹਨੂੰ ਹੀ ਹਟ ਗਏ ਸੀ ਇੱਕ ਗੱਲ ਪਤਾ ਨਹੀਂ ਦਾ ਜਿਵੇਂ ਮੂੰਹ ਰੱਬ ਹੀ ਕਢਾ ਰਿਆ ਸੀ ਇੱਕ ਜਦ ਉਹ ਸਾਰਾ ਯੂਨਿਟ ਆਇਆ ਉਸ ਫਿਲਮ ਲਈ ਜੱਟ ਤੇ ਜ਼ਮੀਨ ਦਾ ਜੀ ਤਾਂ ਸਾਡੀ ਹੀਰੋਇਨ ਸੀ ਜਿਹੜੀ ਵਿਜੇ ਬਾਂਸਲ ਤਾਂ ਉਹ ਵੀ ਫੱਟੜ ਹੋਈ ਸੀ ਉਸ ਫਾਇਰਿੰਗ ਚ ਤਾਂ ਉਹ ਉਹ ਕਹਿੰਦੀ ਵੀ ਵਿਰਿੰਦਰ ਜੀ ਅਕਸਰ ਆਖਦੇ ਹੁੰਦੇ ਵੀ ਤੂੰ ਐਵੇਂ ਨਾ ਡਰਿਆ ਕਰ ਤੇ ਉਹ ਡਰ ਰਹੀ ਸੀ ਕਿ ਕੁਝ ਹੋ ਨਾ ਜਾਵੇ ਹੂੰ ਉਹ ਕਹਿ ਰਹੀ ਸੀ ਕਿ ਵਿਰਿੰਦਰ ਜੀ ਅਕਸਰ ਆਖਦੇ ਹੁੰਦੇ ਸੀ ਤੇਰੇ ਨਾਲ ਪਹਿਲਾਂ ਮੈਂ ਗੋਲੀ ਖਾਊਂਗਾ ਤੂੰ ਫਿਕਰ ਨਾ ਕਰ ਉਹ ਵਿਚਾਰੇ ਉਹ ਗੱਲ ਉਸੇ ਤਰ੍ਹਾਂ ਹੀ ਹੋਈ ਉਹਨਾਂ ਦੇ ਪਹਿਲਾਂ ਵਜੀ ਗੋਲੀ ਉਹ ਬਾਅਦ ਚ ਉਹ ਵੀ ਫੱਟੜ ਹੋਈ ਪਰ ਕੋਈ ਉਸ ਸਮੇਂ ਤੇ ਥੋੜੀ ਰੈਗੂਲਰ ਗੱਲਬਾਤ ਕੋਈ ਇਹੋ ਜੀ ਗੱਲ ਜਿਹੜੀ ਅਸਲ ਚ ਵਿਰਿੰਦਰ ਜੀ ਸੀਨੀਅਰ ਸੀ ਬਹੁਤ ਅਸੀਂ ਤਾਂ ਮੇਰੀ ਪਹਿਲੀ ਫਿਲਮ ਕਹਿ ਲਓ ਹਾਂਜੀ ਮੇਰੀ ਪਹਿਲੀ ਫਿਲਮ ਹੀ ਕਹਿ ਸਕਦੇ ਤੁਸੀਂ 89 ਦੀ ਗੱਲ ਆ ਇਹ ਸ਼ਾਇਦ ਜੀ ਇੱਕ ਮੈਂ ਉਸ ਤੋਂ ਪਹਿਲਾਂ ਗੱਭਰੂ ਪੰਜਾਬ ਦਾ ਕੀਤੀ ਸੀ ਉਹ ਤਾਂ ਮੇਰੇ ਘਰ ਦੇ ਬੰਦਿਆਂ ਦੀ ਫਿਲਮ ਸੀ ਤਾਂ ਇਹ ਬਾਹਰ ਦੀ ਫਿਲਮ ਹੈ ਇਹੀ ਕੀਤੀ ਸੀ ਪਹਿਲੀ ਤੇ ਵਰਿੰਦਰ ਜੀ ਬਹੁਤ ਸੀਨੀਅਰ ਸੀ ਔਰ ਡਾਇਰੈਕਟਰ ਵੀ ਸੀ ਸਾਡਾ ਕੰਮ ਤੋਂ ਇਲਾਵਾ ਕੋਈ ਖਾਸ ਉਹਨਾਂ ਦੇ ਨਾਲ ਬਹਿਣਾ ਉੱਠਣਾ ਨਹੀਂ ਸੀ ਹੁੰਦਾ ਤੇ ਸੀਨੀਅਰ ਹੋਣ ਦੇ ਨਾਤੇ ਵੀ ਤੁਸੀਂ ਥੋੜਾ ਜਿਹਾ ਦੂਰੀ ਬਣਾ ਕੇ ਰਿਗਾਰਡ ਕਰਨਾ ਔਰ ਉਸ ਤੋਂ ਫਿਰ ਕਿੰਨੇ ਦਿਨਾਂ ਬਾਅਦ ਫਿਰ ਦੁਬਾਰਾ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਔਰ ਉਹ ਫਿਲਮ ਦਾ ਮੁਕੰਮਲ ਹੋ ਚੁੱਕੀ ਸੀ ਮੁਕੰਮਲ ਹੋ ਚੁੱਕੀ ਹਾਂਜੀ ਉਹ ਦਾ ਸਿਰਫ ਉਹ ਗਾਣਾ ਹੀ ਸ਼ੂਟ ਕਰ ਰਹੇ ਸੀ ਜਿਹੜੇ ਦੇ ਵਿੱਚ ਇਹ ਗੱਲ ਹੋਈ ਉਹ ਗਾਣਾ ਪਾਉਣਾ ਚਾਹੁੰਦੇ ਸੀ ਵਿਰਿੰਦਰ ਜੀ ਪਰ ਉਹ ਉਸ ਗਾਣੇ 'ਚ ਨੁਕਸਾਨ ਹੋ ਗਿਆ ਫਿਰ ਉਹ ਗਾਣਾ ਜਿੰਨਾ ਕੋ ਹੋਇਆ ਸੀ ਉਹਨਾਂ ਕੋ ਉਹਨਾਂ ਨੇ ਨਾ ਵਿੱਚ ਰੱਖਿਆ ਸੀ ਜਿਲ ਸਾਬ ਉਹ ਵੀ ਸਮਾਂ ਸੀਗਾ ਤੁਸੀਂ ਤਾਂ ਪੂਰੀ ਕੱਲੀ ਕੱਲੀ ਚੀਜ਼ ਨੂੰ ਵਾਚ ਕਰਦੇ ਰਹੇ ਹੋ ਕਿਉਂਕਿ ਜ਼ਮੀਨ ਦੇ ਨਾਲ ਵੀ ਜੁੜੇ ਰਹੇ ਹੋ ਔਰ ਪੂਰਾ ਤੁਸੀਂ ਹਰ ਇੱਕ ਚੀਜ਼ ਹੰਡਾਈ ਹੈ ਦੇਖਿਆ ਪੂਰਾ ਪੀਕ ਵੀ ਟਾਈਮ ਹੈ ਔਰ ਅੱਜ ਵੀ ਪੀਕ ਤੇ ਹਾਂ ਤੁਸੀਂ ਜੀ ਜੀ ਇਹ ਚੀਜ਼ ਮੈਂ ਜ਼ਰੂਰ ਜਾਨਨੀ ਚਾਹਨਾ ਗੈਂਗਸਟਰਾਂ ਦੇ ਸائے ਦੀ ਗੱਲ ਬਹੁਤ ਆ ਰਹੀ ਹੈ ਉਸ ਸਮੇਂ ਵੀ ਬਦਮਾਸ਼ ਹੁੰਦੇ ਸੀ ਹੁਣ ਉਹਨਾਂ ਨੂੰ ਗੈਂਗਸਟਰ ਕਿਹਾ ਜਾਣ ਲੱਗਿਆ ਕਿ ਉਸ ਸਮੇਂ ਵੀ ਫਰੋਤੀਆਂ ਫਰੂਤੀਆਂ ਵਾਲਾ ਕਲਚਰ ਚੱਲਦਾ ਸੀ ਕਦੇ Google ਨੂੰ ਵੀ ਕਿਸੇ ਨੇ ਰਿਪੋਰਟ ਕੀਤਾ ਹੋ ਕੇ ਨਾ ਇਹ ਤਜਰਬਾ ਨਹੀਂ ਹੋਇਆ ਕਦੇ ਨਹੀਂ ਇਹ ਜ ਕਦੇ ਨਹੀਂ ਹੋਇਆ ਨਾ ਹੀ ਕਿਸੇ ਨੇ ਮੰਗੀ ਫਰੋਤੀ ਨਾ ਹੀ ਕਦੇ ਕੋਈ ਪਰ ਸੁਣਨ ਜਿਹੇ ਇਸ ਤਰ੍ਹਾਂ ਦਾ ਹੈ ਉਹ ਹੁਣ ਪਤਾ ਨਹੀਂ ਜਿਹਦੇ ਨਾਲ ਵੀ ਹੁੰਦਾ ਉਹ ਹੀ ਜ਼ਿਆਦਾ ਬੈਟਰ ਦੱਸ ਸਕਦਾ ਹੈ ਕਿ ਕਿਸੇ ਨੂੰ ਫੋਨ ਆਇਆ ਜਾਂ ਕੋਈ ਫਰੋਤੀ ਮੰਗੀ ਕੁਝ ਕਿਵੇਂ ਦੇਖਦੇ ਹੋ ਤੁਸੀਂ ਇਸ ਫੀਨੋਮੈਨਨ ਦਾ ਕੋਈ ਵੀ ਬੰਦਾ ਇਹਨੂੰ ਗਲਤ ਆਖੂਗਾ ਜੀ ਵੀ ਇਹ ਮਾਹੌਲ ਨਹੀਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕੋਈ ਵੀ ਨਾ ਗੈਂਗਸਟਰ ਨਾ ਕੁਝ ਹੋਰ ਸਾਰੇ ਬਿਨਾ ਖੌਫ ਤੋਂ ਰਹਿਣਾ ਉਹ ਜਿਆਦਾ ਵਧੀਆ ਗੱਲ ਆ ਕਹਿੰਦੇ ਹੁਣ ਤਾਂ ਪੂਰਾ ਸਾਇ ਦੇ ਹੇਠ ਕਬੱਡੀ ਦੀ ਗੱਲ ਹੋਵੇ ਭਾਵੇਂ ਮਿਊਜ਼ਿਕ ਇੰਡਸਟਰੀ ਜਾਂ ਪੰਜਾਬੀ ਫਿਲਮ ਇੰਡਸਟਰੀ ਉਧਰ ਬਾਲੀਵੁੱਡ ਵਾਲਿਆਂ ਨਾਲ ਕੰਪੇਅਰ ਕਰਕੇ ਦੇਖਿਆ ਜਾਂਦਾ ਕਹਿੰਦੇ ਇੱਧਰ ਵੀ ਇੰਝ ਚੱਲੀ ਜਾਂਦਾ ਜੀ 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 ਆ ਇਹ ਸੁਣ ਆਪਾਂ ਨਿਊਜ਼ ਹੀ ਸੁਣਦੇ ਸਾਰੇ ਜਾਣੇ ਜੀ ਕੋਈ ਮੈਂ ਵੈਸੇ ਤਾਂ ਕੋਈ ਤਜਰਬਾ ਨਹੀਂ ਤੁਹਾਨੂੰ ਕਿਤੇ ਇਸ ਗੱਲੋਂ ਵੀ ਨਾ ਫੋਨ ਆਇਆ ਹੋਵੇ ਕਿ ਦੇ ਉਧਰੋਂ ਗੂਗਲ ਸਾਹਿਬ ਵੀ ਫੋਨ ਤੇ ਧਮਕੀ ਦੇ ਕੇ ਫੈਰ ਦੀ ਆਵਾਜ਼ ਸੁਣਾ ਦੇਣ ਕਿ ਮੇਰੇ ਕੋਲ ਤਿੰਨੋ ਵੀ ਤਕੜਿਆ ਹਥਾਰ ਰਿਹਾ ਹੈ ਨੇ ਇਹ ਤਾਂ ਨਹੀਂ ਗੱਲ ਉਹ ਲੇਕਿਨ ਪਰ ਚਲੋ ਵਾਹਿਗੁਰੂ ਬਖਸ਼ਿ ਰੱਖੇ ਕਿ ਇਹਦੇ ਨਾਂ ਹੀ ਕਿਸੇ ਦਾ ਨਾਲ ਕੋਈ ਵਾਹ ਪਵੇ ਪਰ ਜਿਸ ਤਰੀਕੇ ਨਾਲ ਇਨਸੀਡੈਂਟ ਪਿਛਲੇ ਦਿਨਾਂ ਦੇ ਵਿੱਚ ਹੋਏ ਜਿਵੇਂ ਮੈਂ ਸਿੱਧੂ ਦਾ ਜ਼ਿਕਰ ਕੀਤਾ ਜਾਂ ਹੋਰ ਵੀ ਬੜੇ ਲੋਕ ਇਹ ਆਉਂਦੇ ਆ ਸਾਹਮਣੇ ਕਹਿੰਦੇ ਕਿ ਜੀ ਸਾਡ ਕਾਲਸ ਆ ਗਈਆਂ ਕੋਈ ਗੈਂਗਸਟਰੀ ਲਾਈਵ ਹੋ ਕੇ ਕਹਿੰਦੇ ਕਿ ਜੀ ਮੈਂ ਤਾਂ ਫਲਾਨਿਆਂ ਬੰਦਿਆਂ ਤੋਂ ਫਰੋਤੀਆਂ ਮੰਗੀਆਂ ਇਹ ਕੋਈ ਜ਼ਰੂਰੀ ਹੈ ਦੇਣਾ ਤੁਹਾਨੂੰ ਪਰਸਨਲੀ ਤੌਰ ਤੇ ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਫੀਲ ਨਹੀਂ ਕੀਤੀ ਕਦੇ ਇਹ ਚੀਜ਼ ਜਾਂ ਕਦੇ ਕਿਸੇ ਨਾਲ ਗੱਲ ਹੋਈ ਹੋਵੇ ਕਦੇ ਕਿਸੇ ਨਾਲ ਡਿਸਕਸ਼ਨ ਹੋਇਆ ਹੋਵੇ ਕਦੇ ਇਸ ਭਾਈ ਚਾਰੇ ਦੇ ਲੋਕਾਂ ਨਾਲ ਬਹਿ ਕੇ ਵੀ ਇਹਦੇ ਖਿਲਾਫ ਵੀ ਕੋਈ ਮਹਿੰਮ ਬੱਢੀ ਜਾਵੇ ਜਾਂ ਕੁਝ ਵੀ ਕਦੀ ਇਹ ਨਹੀਂ ਚੱਟਾ ਨਹੀਂ ਨਹੀਂ ਮਹਿੰਮ ਤਾਂ ਹੁਣ ਇੱਕ ਤਰ੍ਹਾਂ ਦੀ ਹੁਣ ਜਿੰਨੂੰ ਜੀ ਦਾ ਵਾਹ ਪੈਂਦਾ ਉਹ ਤਾਂ ਕੋਸ਼ਿਸ਼ ਕਰਦੇ ਹੀ ਹੈ ਵਿਚਾਰੇ ਉਹਦਾ ਫਿਰ ਉਹ ਤਾਂ ਵਾਪਦਾ ਜੇ ਕੋਈ ਸਾਰਾ ਲੈਂਦੇ ਆ ਕਿਸੇ ਦਾ ਕਮੈਂਟ ਦਾ ਜਾਂ ਕੋਈ ਪੁਲਿਸ ਵਾਲਿਆਂ ਦਾ ਤੇ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਹੁੰਦੀਆਂ ਵੀ ਉਹ ਲੋਕ ਕਈ ਵਾਰੀ ਕਈ ਗੱਲਾਂ ਤੋਂ ਡਰ ਹੁੰਦਾ ਹੈ ਵੀ ਇਹ ਦਰਨਾ ਕਈ ਕਈ ਡਰ ਦੇ ਸ਼ਾਇਦ ਉਹਨਾਂ ਦੀ ਗੱਲ ਮੰਨ ਲੈਂਦੇ ਹੁਣ ਜਾਂ ਪਤਾ ਨਹੀਂ ਇਹ ਤਾਂ ਹੁਣ ਉਹ ਇਹੋ ਜਿਹਾ ਬੰਦਾ ਜੀ ਨੂੰ ਕਦੇ ਇਸ ਤਰ੍ਹਾਂ ਦਾ ਫੋਨ ਆਇਆ ਉਹੀ ਜ਼ਿਆਦਾ ਬੈਟਰ ਦੱਸ ਸਕਦਾ ਗਿਆ ਸਰ ਪੂਰਾ ਪੀਕ ਹੰਡਾਇਆ ਇੰਡਸਟਰੀ ਦੇ ਵਿੱਚ ਟੌਪ ਤੇ ਪਾਮ ਜਿੱਡਾ ਕੱਦ ਕਿਹਾ ਜਾਂਦਾ ਗੂਗਲ ਹੁਣਾਂ ਦਾ ਔਰ ਕਿਵੇਂ ਦੇਖਦੇ ਹੋ ਕਦੇ ਫੇਮ ਦਿਮਾਗ ਨੂੰ ਚੜਿਆ ਗੂਗਲ ਹੁਣਾਂ ਦੇ ਕੇ ਨਹੀਂ ਜੇ ਕਦੇ ਵੀ ਨਹੀਂ ਕਦੇ ਫੇਮ ਕਾ ਦਾ ਚੜਨਾ ਸੀਗਾ ਕੋਈ ਰੱਬ ਦਾ ਸ਼ੁਕਰਾਨਾ ਹੀ ਕਰੀਦਾ ਹੈ ਅੱਜਕੱਲ ਕਹਿੰਦੇ ਇੱਕ ਗਾਣਾ ਕਿਹਦਾ ਹਿੱਟ ਹੋ ਜੇ ਦਿਮਾਗ ਖਰਾਬ ਹੋ ਜਾਂਦਾ ਬੰਦੇ ਦਾ ਨਹੀਂ ਹੈ ਜੀ ਕੋਈ ਗੱਲ ਕਦੇ ਵੀ ਨਹੀਂ ਹੋਈ ਔਰ ਮਾਲਕ ਦਾ ਸ਼ੁਕਰ ਹੈ ਵੀ ਬਚਤ ਰਹੀ ਹੈ ਤਾਂ ਹਮੇਸ਼ਾ ਉਹਦਾ ਸ਼ੁਕਰਾਨਾ ਕਰੀਦਾ ਵੀ ਬਹੁਤ ਕੁਝ ਬਖਸ਼ਿਆ ਉਹਨੇ ਔਰ ਇੰਨੇ ਸਾਲਾਂ ਤੋਂ ਸਾਰਿਆਂ ਦੀਆਂ ਮਹੱਭਤਾ ਮਿਲ ਰਹੀ ਹੈ ਵੱਡੀ ਗੱਲ ਹੈ ਤੇ ਮਾਲਕਾਗੇ ਹੋਰ ਅਰਦਾਸ ਕਰਦੇ ਆ ਕਿ ਇਸੇ ਤਰ੍ਹਾਂ ਉਹ ਬਾਦ ਸਾਰਿਆਂ ਦੀ ਮਹੱਭਤਾ ਮਿਲਦੀ ਰਹੇ ਕਦੇ ਕੋਈ ਖਿਆਲ ਵੀ ਨਹੀਂ ਆਇਆ ਇਹੋ ਜਿਹਾ ਗੂਗਲ ਹੋਣਾ ਵੀ ਦਿਮਾਗ 'ਚ ਕਿਸ ਕਿਸ ਤਰ੍ਹਾਂ ਜ਼ਿਹਨ 'ਚ ਵੀ ਹੁਣ ਆਪਾਂ ਪੂਰੇ ਸਟਾਰ ਆ ਗਏ ਨਹੀਂ ਕੋਈ ਐਸਾ ਕਦੇ ਵੀ ਨਹੀਂ ਹਾਂ ਹਮੇਸ਼ਾ ਡਾਊਨ ਟੂ ਅਰਥ ਰਹੇ ਹੂੰ ਇਸ ਡਾਊਨ ਟੂ ਅਰਥ ਰਹੇ ਹੋ ਤੁਸੀਂ ਇਹਦੇ ਪਿੱਛੇ ਦੀ ਵਜ੍ਹਾ ਕਿਨੂੰ ਮੰਨਦੇ ਹੋ ਤੁਸੀਂ ਕੋਈ ਅਜਿਹਾ ਬੰਦਾ ਹੈਗਾ ਜਿਹਨੂੰ ਤੁਸੀਂ ਫਾਲੋ ਕੀਤਾ ਹੋਵੇ ਕਿ ਨਹੀਂ ਯਾਰ ਪੁਰਾਣੇ ਬੰਦੇ ਵੀ ਵੱਡੇ ਵੱਡੇ ਅਸਲ 'ਚ ਨਾ ਪਤਾ ਨਹੀਂ ਕੀ ਗੱਲ ਮੈਂ ਸਮਝਦਾ ਹਮੇਸ਼ਾ ਵੱਡਿਆਂ ਦੇ ਜਦੋਂ ਤੁਸੀਂ ਵੱਡਿਆਂ ਦੀ ਹਰ ਗੱਲ ਪੁੱਛ ਕੇ ਜਾਂ ਉਹਨਾਂ ਨੂੰ ਦੱਸ ਕੇ ਜਾਂ ਉਹਨਾਂ ਦੀ ਸੁਣਦੇ ਹੋ ਤਾਂ ਫਿਰ ਤੁਹਾਨੂੰ ਕੰਮ ਦੀਆਂ ਗੱਲਾਂ ਮਿਲਦੀਆਂ ਹੀ ਰਹਿੰਦੀਆਂ ਸਾਡੇ ਬਜ਼ੁਰਗਾਂ ਤੋਂ ਤੁਸੀਂ ਹਮੇਸ਼ਾ ਉਹਨਾਂ ਨੇ ਇਹੋ ਸਮਝਾਇਆ ਵੀ ਕਈ ਵਾਰ ਤੁਹਾਨੂੰ ਤਰੱਕੀ ਮਿਲ ਜਾਂਦੀ ਹੈ ਕਾਮਯਾਬੀ ਮਿਲ ਜਾਂਦੀ ਹੈ ਉਹਨੂੰ ਸੰਭਾਲ ਕੇ ਰੱਖਣ ਵਾਸਤੇ ਉਸ ਤੋਂ ਵੀ ਜ਼ਿਆਦਾ ਤੁਹਾਨੂੰ ਕੋਸ਼ਿਸ਼ ਕਰਨੀ ਪੈਂਦੀ ਹੈ ਤੇ ਸਾਰਿਆਂ ਦੀਆਂ ਮੁਹਬਤਾਂ ਦੇ ਨਾਲ ਹੀ ਆਪਾਂ ਵੱਡੇ ਆ ਭਰਾਵਾਂ ਦੇ ਇਹ ਅਕਸਰ ਸਾਡੇ ਵੱਡੇ ਆਖਦੇ ਹੁੰਦੇ ਸੀ ਬਜ਼ੁਰਗ ਵੀ ਵੱਡਾ ਉਹੀ ਹੈ ਜੀ ਜਿਹਨੂੰ ਚਾਰ ਭਰਾ ਜੀ ਦਾ ਸਤਿਕਾਰ ਕਰਦੇ ਆ ਉਹਦੇ ਨਾਲ ਤੇ ਹੰਕਾਰ ਦੇ ਨਾਲ ਤਾਂ ਫਿਰ ਕੋਈ ਵੀ ਨਹੀਂ ਖੜਦਾ ਤੁਹਾਡੇ ਇਹੀ ਚੀਜ਼ਾਂ ਤੁਸੀਂ ਫੋਲੋ ਕੀਤੀਆਂ ਹੋਈਆਂ ਕਿ ਹੰਕਾਰ ਨੂੰ ਔਰ ਇਸ ਨੂੰ ਕਹਿੰਦੇ ਫੇਮ ਨੂੰ ਹਾਵੇ ਨਹੀਂ ਹੋਣਾ ਤੁਹਾਨੂੰ ਮਤਲਬ ਇਹ ਨਹੀਂ ਜੀ ਇਹ ਤਾਂ ਹਮੇਸ਼ਾ ਮੈਂ ਤਾਂ ਇਹ ਸੋਚਦਾ ਵੀ ਵੱਡੇ ਤਾਂ ਹੀ ਐ ਜੇ ਤੁਹਾਨੂੰ ਚਾਰਪਰਾ ਇੱਜ਼ਤ ਦਿੰਦੇ ਪਿਆਰ ਕਰਦੇ ਹਮ ਪਰ ਇੱਕ ਚੀਜ਼ ਮੈਂ ਇਸ ਚੀਜ਼ ਨੂੰ ਲੈ ਕੇ ਜਰੂਰ ਜਾਣਨੀ ਚਾਹਣਾ ਕਿ ਬਜ਼ੁਰਗ ਰਾਜੀ ਸੀਗੇ ਜਦੋਂ ਫਿਲਮ ਵਾਲੀ ਲਾਈਨ ਦੇ ਵਿੱਚ ਆਏ ਹਾਂਜੀ ਹਾਂਜੀ ਉਹ ਇਸ ਤਰ੍ਹਾਂ ਹੋਇਆ ਕਿ ਜਦੋਂ ਪ੍ਰਾਣੀ ਪੁੱਤੀ ਜੱਟਾਂ ਦੇ ਮੇਰੇ ਵੱਡੇ ਬਾਜੀ ਹੋਰਾਂ ਨੇ ਬਣਾਈ ਸੀ ਨਾ ਉਸ ਵੇਲੇ ਮੈਂ ਤਾਂ ਹੌਲੀ ਉਮਰ ਚ ਸੀ ਤੇ ਪਰ ਉਹ ਉਹਨਾਂ ਨੇ ਉਹਨਾਂ ਨੂੰ ਬਜ਼ੁਰਗਾਂ ਨੂੰ ਆਖ ਵੇਖ ਕੇ ਬਣਾ ਲਏ ਸਾਡੇ ਬਜ਼ੁਰਗ ਇਸ ਤਰ੍ਹਾਂ ਸੀ ਉਹ ਐਡਿਕਾ ਜਾ ਤਾਂ ਨਹੀਂ ਸੀ ਲਾਉਂਦੇ ਲੇਕਿਨ ਇਹ ਕਹਿੰਦੇ ਹੁੰਦੇ ਸੀ ਹਮੇਸ਼ਾ ਆਪ ਦਾ ਬਚ ਕੇ ਚਲੋ ਕੋਈ ਐਸਾ ਕੰਮ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਤੁਹਾਡੀ ਖਾਨਦਾਨੀ ਸ਼ਾਨ ਚ ਫਰਕ ਪੈਂਦਾ ਹੋਵੇ ਜਾਂ ਤੁਸੀਂ ਕੋਈ ਗੈਰ ਤਜਰਬੇਕਾਰੀ ਚ ਨੁਕਸਾਨ ਠਾ ਲੋ ਇਸ ਚੀਜ਼ ਤੇ ਬਾਕੀ ਉਹਨਾਂ ਨੇ ਕਦੇ ਰੋਕ ਟੋਕ ਨਹੀਂ ਲਾਈ ਕਦੇ ਵੱਡੇ ਵੀਰ ਹੋਰਾਂ ਦੇ ਵੀ ਜਦੋਂ ਉਹਨਾਂ ਨੇ ਬਜ਼ੁਰਗਾਂ ਨੂੰ ਸਮਝਾ ਕੇ ਇਸ ਪਾਸੇ ਫਿਲਮ ਮੇਕਿੰਗ ਚਾ ਆਗੇ ਸਮਝ ਲੋ ਜਾਂ ਉਹ ਫਿਲਮ ਬਣਾ ਲਈ ਕਾਮਯਾਬੀ ਹੋ ਗਈ ਉਹ ਫਿਲਮ ਉਹਦਾ ਫਾਇਦਾ ਮੈਨੂੰ ਹੀ ਮਿਲਿਆ ਜ਼ਿਆਦਾ ਕਮਾਈ ਤੇ ਚਲੋ ਜਿੰਨੀ ਕੋਈ ਉਹਦਾ ਆਉਣ ਵਾਲੇ ਸਾਲਾਂ ਚ ਜੇ ਉਸ ਫਿਲਮ ਇੰਡਸਟਰੀ ਨਾਲ ਜਾਂ ਫਿਲਮੀ ਲੋਕਾਂ ਦੇ ਨਾਲ ਲਿੰਕ ਬਣ ਗਏ ਔਰ ਜਿਹੜੀ ਆ ਗੱਾਂ ਗੱਬਰੂ ਪੰਜਾਬ ਦਾ ਫਿਲਮ ਬਣੀ ਉਹਦੇ ਚ ਮੈਨੂੰ ਕੰਮ ਮਿਲਿਆ ਮੇਨ ਵਿਲਨ ਦਾ ਤਾਂ ਉਹ ਫਿਲਮ ਵੀ ਚੰਗੀ ਰਹੀ ਔਰ ਖਾਸ ਤੌਰ ਤੇ ਕਰੈਕਟਰ ਮੇਰੇ ਵਾਲਾ ਬਹੁਤ ਲੋਕਾਂ ਨੇ ਸਰਾਇਆ ਫਿਰ ਜੱਟ ਤੇ ਜ਼ਮੀਨ ਜੀ ਦੀ ਮੈਂ ਗੱਲ ਕਰ ਰਿਹਾ ਬਾਹਰ ਦੀ ਫਿਲਮ ਮੈਂ ਪਹਿਲੀ ਮੈਂ ਹੀ ਕੀਤੀ ਤੇ ਫਿਰ ਤੁਹਾਡਾ ਕੰਮ ਰੁੱੜ ਪੈਂਦਾ ਔਰ ਬਜ਼ੁਰਗਾਂ ਦੀ ਮਰਜ਼ੀ ਤੋਂ ਬਗੈਰ ਜਾਂ ਉਹਨਾਂ ਦੀ ਇਜਾਜ਼ਤ ਬਗੈਰ ਮੈਂ ਕਦੇ ਕੋਈ ਕੰਮ ਕਰੀ ਨਹੀਂ ਸੀ ਸਕਦਾ ਉਹਨਾਂ ਨੇ ਇਜਾਜ਼ਤ ਦਿੱਤੀ ਖੈਰ ਉਹਨਾਂ ਤੋਂ ਪੁੱਛ ਕੇ ਪੂਰਾ ਉਹਨਾਂ ਦੀ ਦਖਲਅੰਦਾਜ਼ੀ ਰਹਿੰਦੀ ਸੀ ਹਾਂ ਉਹਨਾਂ ਦੀ ਔਰ ਜਦੋਂ ਪਹਿਲੀ ਵਾਰ ਕਦੋਂ ਲੱਗਿਆ ਫਿਰਕੇ ਗੁੱਗੂਸ ਜਾਂ ਹੋਣ ਬਣ ਗਏ ਅਸਲ 'ਚ ਨਾ ਤਕਰੀਬਨ ਹਰ ਫਿਲਮ ਨੂੰ ਹੀ ਪਿਆਰ ਬਹੁਤ ਮਿਲਿਆ ਤੇ ਸ਼ੁਰੂਆਤੀ ਦੌਰ 'ਚ ਉਹ ਜਿਵੇਂ ਉਹ ਬਰੂ ਪੰਜਾਬ ਦਾ ਫਿਲਮ ਸੀ ਉਹਦੇ ਚ ਬਹੁਤ ਅੱਛਾ ਪਸੰਦ ਕੀਤਾ ਗਿਆ ਫਿਰ ਜੱਟ ਤੇ ਜ਼ਮੀਨ ਮੈਨੂੰ ਲੱਗਾ ਬਹੁਤ ਮੈਨੂੰ ਉਹ ਵੀ ਮੇਰਾ ਪਸੰਦੀਦਾ ਕਰੈਕਟਰ ਹੈ ਉਸੀ ਆਪਣੇ ਇੱਕ ਤਰ੍ਹਾਂ ਦਾ 네ਗੇਟਿਵ ਹੀਰੋ ਦਾ ਕਰੈਕਟਰ ਸੀ ਤੇ ਉਹ ਫਿਲਮ ਦਾ ਬਿਹਤਰੀਨ ਰੋਲ ਸੀ ਮੈਂ ਉਹਦਾ ਸਿਹਰਾ ਦਿੰਨਾ ਹਮੇਸ਼ਾ ਸੁਖਜਿੰਦਰ ਸ਼ੇਰਾ ਜੀ ਨੂੰ ਉਹ ਮੇਰੇ ਕੋਲੇ ਸਿੱਧਾ ਕਿਉਂਕਿ ਜਦ ਤੇ ਜ਼ਮੀਨ ਉਸ ਵੇਲੇ ਕਾਮਯਾਬ ਹੋਈ ਸੀ ਨਹੀਂ ਸੌਰੀ ਗੱਬਰੂ ਪੰਜਾਬ ਦਾ ਤੇ ਉਸ ਤੋਂ ਬਾਅਦ ਉਹ ਵੇਖ ਕੇ ਉਹਨਾਂ ਨੇ ਫਿਰ ਮੈਨੂੰ ਰੋਲ ਦਿੱਤਾ ਸੀ ਤੇ ਉਹ ਮੈਨੂੰ ਇਹ ਨਹੀਂ ਸਮਝਾਉਂਦੀ ਵੀ ਇਹ ਰੋਲ ਉਹ ਆਪ ਵੀ ਕੰਮ ਕਰ ਰਹੇ ਸੀ ਉਹਨਾਂ ਨੇ ਆਪ ਕਰਨ ਕਿਉਂ ਨਹੀਂ ਕੀਤਾ ਤੇ ਬਿਹਤਰੀਨ ਕਰੈਕਟਰ ਉਹਨਾਂ ਨੇ ਮੈਨੂੰ ਦਿੱਤਾ ਫਿਰ ਆਪ ਦੂਜੇ ਦੂਜਾ ਰੋਲ ਕੀਤਾ ਉਹਨਾਂ ਨੇ ਤੇ ਉਹ ਉਹ ਫਿਲਮ ਵੀ ਮੇਰੀ ਕਰੀਅਰ ਦੀ ਬਹੁਤ اچھی ਫਿਲਮ ਹੈ ਤੁਸੀਂ ਇਹ ਸੋਚ ਕੇ ਚੱਲੇ ਸੀਗੇ ਘਰੋਂ ਨਕਸ਼ਾ ਬਣਾ ਕੇ ਤੁਰੇ ਸੀਗੇ ਰਾਹ ਦਾ ਕਿ ਆਹ ਚੀਜ਼ਾਂ ਆਪਾਂ ਸੈੱਟ ਕਰਨੀਆਂ ਨਹੀਂ ਨਹੀਂ ਕੋਈ ਉਦੋਂ ਤਾਂ ਪਤਾ ਹੀ ਨਹੀਂ ਸੀ 나 ਹੀ ਉਦੋਂ ਇਸ ਤਰ੍ਹਾਂ ਦੀ ਉਮਰ ਸੀ 나 ਹੀ ਉਦੋਂ ਸੋਚ ਸੀ 나 ਹੀ ਫਿਲਮ ਇੰਡਸਟਰੀ ਬਾਰੇ ਕੁਝ ਜ਼ਿਆਦਾ ਜਾਣਕਾਰੀ ਸੀ ਮੈਨੂੰ ਲੱਗਦਾ ਜੇ ਤੋ ਵਾਹਿਗੁਰੂ ਮੇਰ ਕਰਦਾ ਤਾਂ ਤੁਹਾਨੂੰ ਆਪੇ ਰਸਤੇ ਬਣਾ ਕੇ ਦੇ ਰਿਹਾ ਹੁੰਦਾ ਆਪੇ ਤੁਹਾਨੂੰ ਉਸ ਲਾਈਨ 'ਚ ਪਾ ਦਿੰਦਾ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ ਜਿਹਦੇ ਜੇ ਜਦੋਂ ਉਹਨੇ ਮਿਹਰ ਕਰਨੀ ਹੁੰਦੀ ਹੈ ਤਾਂ ਆਪੇ ਹੀ ਉਹਦੀ ਮਰਜ਼ੀ ਦੇ ਨਾਲ ਹੀ ਸਭ ਕੁਝ ਹੁੰਦਾ ਹੁਣ ਮੈਂ ਸੋਚਦਾ ਵੀ ਮੈਂ ਕਿਵੇਂ ਆ ਗਿਆ ਇਸ ਪਾਸੇ ਕਿਵੇਂ ਆ ਫਿਲਮਾਂ ਮਿਲ ਗਈਆਂ ਕਿਵੇਂ ਕਾਮਯਾਬ ਹੋ ਗਿਆ ਬਸ ਉਹਦੀ ਰਜ਼ਾ ਸੀ ਇਸੇ ਤਰੀਕੇ ਹੋਣਾ ਸੀ ਬੰਦਾ ਕਾਮਯਾਬ ਹੋ ਜਾਂਦਾ ਪਰ ਉਹ ਕਾਮਯਾਬੀ ਨੂੰ ਮੇਨਟੇਨ ਕਰਕੇ ਗੁੱਗੂ ਜੀ ਰੱਖਣਾ ਬਹੁਤ ਆ ਬਸ ਇਹ ਵੀ ਉਹਦੀ ਮਿਹਰ ਨਾਲ ਹੀ ਹੁੰਦਾ ਹੈ ਜਿਵੇਂ ਜਿਵੇਂ ਤੁਸੀਂ ਕੰਮ ਕਰਦੇ ਜਨੋਂ ਤੁਹਾਨੂੰ ਤਜਰਬਾ ਵੀ ਵਧਦਾ ਜਾਂਦਾ ਹੈ ਹਮਮ ਔਰ ਤੁਹਾਨੂੰ ਜਾਣਕਾਰੀ ਵੀ ਥੋੜੀ ਬਹੁਤ ਹੋਣ ਲੱਗ ਜਾਂਦੀ ਹੈ ਉਸ ਕੰਮ ਦੀ ਹਮਮ ਤੇ ਬਸ ਇਸ ਤਰ੍ਹਾਂ ਕੇ ਚੱਲਦੇ ਰਹੇ ਤੇ ਔਰ ਤਜਰਬਾ ਵੀ ਹੁੰਦਾ ਰਿਹਾ ਆਪਣੇ ਕੰਮ ਤੋਂ ਹੀ ਸਿੱਖਦੇ ਰਹੇ ਹਮਮ ਸੀਨੀਅਰਸ ਤੋਂ ਮੈਂ ਤਾਂ ਮੇਰੇ ਤਾਂ ਫੈਮਲੀ ਚ ਜਾਂ ਕੋਈ ਦੂਰ ਨੇੜ ਦਾ ਵੀ ਹੈ ਨਹੀਂ ਸੀ ਇਸ ਲਾਈਨ ਚ ਹਮਮ ਰੀਟੈਕ ਨਿਕ ਸੀ ਪਹਿਲੀ ਵਾਰ ਚ ਰੀਟੈਕ ਸੀ ਤਸੀ ਪਰ ਬਹੁਤ ਇੰਨੀ ਵੀ ਨਹੀਂ ਕਹਿ ਸਕਦਾ ਵੀ ਜਿਵੇਂ ਇੱਕ ਨਿਊ ਕਮਰ ਤੋਂ ਹੋਵੇ ਹੀ ਨਾ ਕੰਮ ਉਹ ਵੀ ਨਹੀਂ ਸੀ ਕੰਮ ਲੇਕਿਨ ਕੁਝ ਰੀਟੇਕਸ ਤਾਂ ਹੋਏ ਸੀ ਪਰ ਇੱਕ ਇਹ ਕਿਦੇ ਆਈਡੀਆਜ਼ ਤੁਸੀਂ ਵੀ ਆਈਡੀਆਜ਼ ਦਿੰਦੇ ਸੀ ਕਿ ਆਂ ਘੂੜੀਆਂ ਲੈਣੀਆਂ ਵਿੱਚ ਆ ਚੀਜ਼ਾਂ ਲੈਣੀਆਂ ਨੇ ਜਿਹੜਾ ਉਸ ਵੇਲੇ ਤਾਂ ਖੈਰ ਜਿਹੜੀ ਪਹਿਲਾ ਪਹਿਲੀਆਂ ਫਿਲਮਾਂ ਗੱਭਰੂ ਪੰਜਾਬ ਦਾ ਹੋਗੀ ਜਾਂ ਕੁਝ ਉਸ ਵੇਲੇ ਦਾ ਨਿਊ ਕਮਰ ਨੂੰ ਤਾਂ ਉਹਨਾਂ ਕੇ ਆਈਡੀਆ ਦੇ ਇੰਦਾ ਕਿੰਨਾ ਕੁ ਪਤਾ ਹੁੰਦਾ ਹੈ ਲੇਕਿਨ ਜਦ ਥੋੜਾ ਜਿਹਾ ਨਾਂ ਵੀ ਬਣ ਗਿਆ ਥੋੜਾ ਜਿਹਾ ਫਿਲਮ ਇੰਡਸਟਰੀ ਦੇ ਵਿੱਚ ਜਗ੍ਹਾ ਬਣਾ ਲਈ ਜਿਵੇਂ ਵਾਈ ਗੁਰੂ ਨੇ ਬਣਾਤੀ ਤਾਂ ਉਸ ਵੇਲੇ ਥੋੜਾ ਬਹੁਤ ਤੁਸੀਂ ਸੋਚਣ ਲੱਗ ਜਿੰਨੇ ਵੀ ਐ ਕਰ ਲੀਏ ਐ ਕਰ ਲੀਏ ਜਾਂ ਫਿਰ ਥੋੜਾ ਡਾਇਰੈਕਟਰ ਨਾਲ ਵੀ ਰਹਿ ਰੂਚ ਕਰ ਲੈਂਦੇ। ਇਹ ਤਾਂ ਪ੍ਰੋਡਿਊਸਰ ਭੱਜਣ ਲੱਗ ਗਏ ਹੁਣੇ ਜਦੋਂ ਫਿਲਮਾਂ ਹਿੱਟ ਹੋ ਗਈਆਂ ਕਿ ਗੁੱਗੂ ਗਿੱਲ ਯੋਗਰਾਜ ਹੁਣਾਂ ਨੂੰ ਹਾਂਜੀ ਫਿਰ ਤਾਂ ਸਾਰੇ ਮਿਲਦੇ ਸੀ ਫਿਲਮ ਹਿੱਟ ਹਾਂਜੀ ਹਾਂਜੀ ਮਿਲਦੇ ਸੀ ਫਿਰ ਕੰਮ ਫਿਰ ਕਹਾਣੀ ਕੋਈ ਸੁਣ ਕੇ ਉਸ ਵੇਲੇ ਦਾ ਇੰਨੀ ਵੀ ਨਹੀਂ ਸੁਣਦੇ ਸੀ ਥੋੜਾ ਬਹੁਤ ਆਈਡੀਆ ਸੁਣ ਕੇ ਕਰ ਲੈਂਦੇ ਸੀ ਵੀ ਕਹੋਗੇ ਉਹ ਤਾਂ ਸਾਰੀ ਕਹਾਣੀ ਉਹ ਸਿੱਧਾ ਨਹੀਂ مین ਆਈਡੀਆ ਜੇ ਦੱਸ ਦਿੰਦੇ ਸੀ ਤੇ ਹਮਮ ਉਹ ਤਾਂ ਇਹ ਹੁੰਦਾ ਸੀ ਵੀ ਕਰੀ ਲੈਣੀ ਆ ਆਪਾਂ ਕਿਹੜਾ ਛੱਡਣੀ ਗੁੱਗੂ ਜੀ ਪਿੰਡ ਨੂੰ ਹੀ ਕਿਉਂ ਚੁਣਿਆ ਜੇ ਮੈਂ ਅੱਜ ਕਮਾਂ ਤਾਂ ਕਿਉਂਕਿ ਪਿੰਡਾਂ ਦੇ ਵਿੱਚੋਂ ਲੋਕ ਸ਼ਹਿਰਾਂ ਨੂੰ ਖਾਸ ਤੌਰ ਤੇ ਕੱਲੇ ਸ਼ਹਿਰਾਂ ਹੀ ਨਹੀਂ ਹੁਣ ਤਾਂ ਵਿਦੇਸ਼ ਜਾਣ ਦਾ ਰੁਝਾਨ ਬਹੁਤ ਵਧ ਗਿਆ ਤੁਸੀਂ ਕੱਲੇ ਮਾਣੀ ਖੇੜੇ ਪਿੰਡ ਨੂੰ ਹੀ ਕਿਉਂ ਚੁਣਿਆ ਪਿੰਡ ਦੇ ਵਿੱਚ ਹੀ ਰਹੇ ਔਰ ਪਿੰਡੋਂ ਜ਼ਿਆਦਾ ਬਾਹਰ ਵੀ ਨਹੀਂ ਗਏ ਤੁਸੀਂ ਅਸਲ 'ਚ ਨਾ ਪਹਿਲੀ ਗੱਲ ਤਾਂ ਮੈਂ ਪਿੰਡ ਦੇ ਨਾਲ ਜੁੜਿਆ ਪਰਿਵਾਰ ਦੇ ਨਾਲ ਮੇਰੀ ਕਮਜ਼ੋਰੀ ਹੈ ਮੇਰਾ ਪਰਿਵਾਰ ਮੇਰਾ ਪਿੰਡ ਹੂੰ ਉਹ ਮੇਰਾ ਛੱਡੂ ਨੂੰ ਕਦੇ ਵੀ ਨਹੀਂ ਦਿਲ ਕੀਤਾ ਜਦ ਵੀ ਮੈਂ ਹੁਣ ਤੱਕ ਐਰ ਹਾਲਾਤ ਹੋਰ ਤਰ੍ਹਾਂ ਦੇ ਐ ਹੁਣ ਤਾਂ ਕੋਈ ਕਿਤੇ ਬੈਠਾ ਹੈ ਕੋਈ ਕਿਤੇ ਬੈਠਾ ਹੈ ਆਰਟਿਸਟ ਹੂੰ ਉਸ ਵੇਲੇ ਜ਼ਰੂਰੀ ਸੀ ਬੰਬੇ ਜਾ ਕੇ ਰਹਿਣਾ ਜਦ ਉਹ ਦੌਰ ਸੀ ਜਦ ਸਾਡਾ ਸ਼ੁਰੂਆਤ ਸੀ ਹੂੰ ਤੇ ਬੰਬੇ ਵੀ ਮੈਂ ਕੰਮ ਕਰਕੇ ਵਾਪਸ ਆ ਜਾਂਦਾ ਰਿਹਾ ਤੇ ਉਹ ਇਹ ਐ ਵੀ ਜਦ ਪਰਿਵਾਰ ਨਾਲ ਤੇ ਤੁਹਾਡੇ ਪਿੰਡ ਨਾਲ ਜਦ ਤੁਸੀਂ ਜੁੜੇ ਹੁੰਨੇ ਹੋ ਤਾਂ ਤੁਸੀਂ ਕੰਮ ਕਰਕੇ ਵਾਪਸ ਆ ਜੰਨੇ ਹੋ ਤਾਂ ਬਸ ਮਸਲਾ ਇਹ ਹੱਲ ਹੁੰਦਾ ਰਿਹਾ ਤਾਂ ਹੋ ਸਕਦਾ ਹੈ ਵੀ ਮੈਂ ਹੋਰ ਫਿਲਮਾਂ ਹਿੰਦੀ ਹੁੰਦੀਆਂ ਵੀ ਕਰ ਸਕਦਾ ਸੀ ਜੇ ਮੈਂ ਬੰਬੇ ਜਾਂਦਾ ਲੇਕਿਨ ਮੈਂ ਉੱਥੇ ਰਹਿ ਨਹੀਂ ਸਕਿਆ ਹੌਲੀ ਹੌਲੀ ਫਿਰ ਜਿਸ ਤਰ੍ਹਾਂ ਇੰਡਸਟਰੀ ਆਪਣੀ ਗਰੋ ਕਰਦੀ ਰਹੀ ਤਾਂ ਫਿਰ ਇੱਥੇ ਹੀ ਜ਼ਿਆਦਾ ਉਹ ਜਿਸ ਤਰ੍ਹਾਂ ਹੁਣ ਤਾਂ ਆਪਣੇ ਚੰਡੀਗੜ੍ਹ ਜੀ ਆਪਾਂ ਸੈਂਟਰ ਸਮਝ ਸਕਦੇ ਆਂ ਪੰਜਾਬੀ ਇੰਡਸਟਰੀ ਦਾ ਤਾਂ ਫਿਰ ਤਾਂ ਕੋਈ ਮਸਲਾ ਹੀ ਨਹੀਂ ਰਿਹਾ ਤੁਸੀਂ ਮੋਬਾਈਲ ਨਾਲ ਹਰਕ ਦੇ ਨਾਲ ਇਨ ਟੱਚ ਹੋ ਜਦ ਤੁਹਾਡੀ ਜਗਾ ਵੈਸੇ ਬਣ ਜਾਂਦੀ ਹੈ ਜਾਂ ਤੁਸੀਂ ਵੈਸੇ ਨਾ ਥੋੜਾ ਮਾਲਕ ਮੇਰ ਕਰਦਾ ਹੈ ਤਾਂ ਬਣ ਜਾਂਦਾ ਤਾਂ ਫਿਰ ਕੋਈ ਉਹ ਜੀ ਗੱਲ ਨਹੀਂ ਹੁੰਦੀ ਫਿਰ ਲੋਕ ਤੁਹਾਨੂੰ ਅਪਰੋਚ ਕਰਨ ਲੱਗ ਜਾਂਦੇ ਆ ਔਰ ਫੋਨ ਫਾਨ ਤੇ ਸਰ ਜਾਂਦਾ ਮੈਂ ਨਹੀਂ ਸਮਝਦਾ ਕਿ ਜ਼ਰੂਰੀ ਹੈ ਕਿ ਤੁਸੀਂ ਪਿੰਡ ਛੱਡ ਕੇ ਜਾਓਗੇ ਕਿਤੇ ਫੇਰ ਹੀ ਗੱਲ ਬਣੂਗੀ ਇਹ ਕੋ ਜ਼ਰੂਰੀ ਨਹੀਂ ਤੇ ਹੁਣ ਇਸ ਵਕਤ ਤਾਂ ਕੋਈ ਆਰਟਿਸਟ ਇੰਗਲੈਂਡ ਬੈਠਾ ਹੈ ਕੋਈ ਕੈਨੇਡਾ ਬੈਠਾ ਆਪਣੇ ਅਮਰਿੰਦਰ ਗਿੱਲ ਹੋਰੀ ਕੈਨੇਡਾ ਬੈਠੇ ਹੋਰ ਬਹੁਤ ਸਾਰੇ ਆਪਣੇ ਆਰਟਿਸਟ ਹੈ ਜਿਹੜੇ ਕੈਨੇਡਾ ਬੈਠੇ ਤਾਂ ਹੋਰ ਅਲੱਗ-ਅਲੱਗ ਸ਼ਹਿਰਾਂ ਤੋਂ ਵੀ ਹੁੰਦੇ ਹੁਣ ਤਾਂ ਉਹ ਗੱਲ ਹੀ ਨਹੀਂ ਰਹੀ ਲੇਕਿਨ ਮੈਨੂੰ ਪਿੰਡ ਛੱਡ ਕੇ ਰਹਿਣਾ ਕਦੇ ਵੀ ਨਹੀਂ ਕਬੂਲ ਹੋਇਆ ਕਿਉਂਕਿ ਮੈਨੂੰ ਉਹੀ ਮਾਹੌਲ ਚਾਹੀਦਾ ਹੈ ਮੈਨੂੰ ਆਪ ਦੇ ਲੋਕ ਚਾਹੀਦੇ ਆਰ ਵੇਲੇ ਮੇਰੇ ਨਾਲ ਪਰਿਵਾਰ ਦੇ ਵਿੱਚ ਰਹਿਣਾ ਜੇ ਮੈਂ ਪਸੰਦ ਕਰਦਾ ਇੱਕ ਗੱਲ ਹੋਰ ਵੀ ਸੀ ਮੈਂ ਛੋਟੀ ਉਮਰ ਚ ਮੇਰੀ ਸ਼ਾਦੀ ਹੋ ਗਈ ਕਿੰਨੀ ਉਮਰ ਚ ਵਿਆਹ ਹੋ ਗਿਆ ਸੀ ਤੁਹਾਡਾ ਉਹ ਮੈਂ ਉਦੋਂ ਬਹੁਤ ਛੋਟਾ ਹੀ ਸੀ 20 ਸਾਲ ਤੋਂ ਵੀ ਘੱਟ ਸੀ ਤਾਂ ਉਹ ਉਸ ਵੇਲੇ ਫਿਰ ਮੈਂ ਜਦ ਪੂਰੀ ਤਰ੍ਹਾਂ ਬਿਜ਼ੀ ਹੋਇਆ ਉਸ ਤੋਂ ਪਹਿਲਾਂ ਜਦ ਤੁਸੀਂ ਸ਼ਾਦੀशुदा ਹੋ ਗਏ ਤਾਂ ਬਜ਼ੁਰਗਾਂ ਨੇ ਮੈਨੂੰ ਕਿਹਾ ਵੀ ਕੰਮ ਜੇ ਤੇਰਾ ਸ਼ੌਕ ਹੈਗਾ ਤਾਂ ਤੂੰ ਕਰਕੇ ਘਰ ਹੀ ਆ ਜਾਕਰ ਤੇ ਆਪਣਾ ਮਾਹੌਲ ਇਸ ਤਰ੍ਹਾਂ ਵੀ ਆਪਣਾ ਫੈਮਿਲੀ ਕਦੇ ਵੀ ਬੰਬੇ ਵਰਗੇ ਸ਼ਹਿਰ ਚ ਸੈੱਟ ਨਹੀਂ ਹੋ ਸਕਣੀ ਫਿਰ ਉਸੇ ਤਰ੍ਹਾਂ ਹੀ ਰੱਖਿਆ ਕਿਉਂ ਮੈਨੂੰ ਖੁਦ ਵੀ ਇਹੀ ਚੀਜ਼ ਹੀ ਪਸੰਦ ਸੀ ਔਰ ਫਿਰ ਵੱਡਿਆਂ ਦਾ ਸਾਡੇ ਬਜ਼ੁਰਗਾਂ ਦਾ ਕਹਿਣਾ ਸੀ ਜਿਸ ਤਰ੍ਹਾਂ ਉਹਦੇ ਤੇ ਵੀ ਪੁੱਲ ਚੜਾਉਣੇ ਸੀ ਛੇਤੀ ਕਿਉਂ ਵਿਆਹ ਕਰਤਾ ਬਜ਼ੁਰਗਾਂ ਨੇ ਉਹ ਇਸ ਤਰ੍ਹਾਂ ਦਾ ਸੀ ਮਾਹੌਲ ਉਦੋਂ ਜਿਹੜਾ ਜਵਾਗ ਵਿਹਲਾ ਜਾਂ ਹੁੰਦਾ ਸੀ ਉਹਨੂੰ ਵਿਆਹ ਹੀ ਦਿੰਦੇ ਸੀ ਹੋਰ ਤਾਂ ਕੰਮ ਨਹੀਂ ਸੀ ਵੀ ਚੱਲ ਹੋਣੇ ਇਹ ਤੁਸੀਂ ਤਾਂ ਵਿਹਲੇ ਨਹੀਂ ਸੀ ਉਦੋਂ ਉਸ ਵੇਲੇ ਤਾਂ ਵਿਹਲੇ ਹੀ ਸੀ ਜਦੋਂ ਬਾਅਦ ਚ ਹੌਲੀ ਹੌਲੀ ਚਲੋ ਬਿਜ਼ੀ ਹੋ ਗਏ ਹਾਂ ਅੱਛਾ ਇੱਕ ਚੀਜ਼ ਹੋਰ ਜ਼ਰੂਰ ਮੈਂ ਪੁੱਛਣੀ ਚਾਹੁੰਦਾ ਅੱਜ ਕੱਲ੍ਹ ਜਦੋਂ ਘਰ ਦੇ ਕਹਿੰਦੇ ਕਿ ਵਿਆਹ ਕਰ ਦੇ ਲੈ ਤੇਰੇ ਜਵਾਗ ਕੱਜ ਦੇ ਕਹਿੰਦੇ ਅਸੀਂ ਵੱਜ ਕੇ ਨਹੀਂ ਰਹਿ ਸਕਦੇ ਕਹਿੰਦੇ ਦੋ ਚਾਰ ਸਾਲ ਆਜ਼ਾਦੀ ਦੇ ਦੇ ਹਾਂ ਨਹੀਂ ਹੁਣ ਤਾਂ ਫਿਰ ਤਾਂ ਵੈਸੇ ਵੀ ਜਿੱਦਾਂ ਜਿਹੜੇ ਕਰਾਉਂਦੇ ਉਹ ਵੀ 32 ਸਾਲ ਦੇ ਹੋ ਕੇ ਕਰਾਉਂਦੇ ਆ ਜੀ ਤੇ ਉਦੋਂ ਤਾਈਂ ਸੀ ਵੀ ਹੁਣ ਤਾਂ ਬੱਚਿਆਂ ਦੀ ਰਜ਼ਾਮੰਦੀ ਦੇ ਨਾਲ ਸਭ ਕੁਝ ਹੁੰਦਾ ਉਦੋਂ ਵੱਡਿਆਂ ਦੀ ਰਜ਼ਾਮੰਦੀ ਨਾਲ ਹੀ ਹੁੰਦਾ ਸੀ ਉਦੋਂ ਤੁਸੀਂ ਕਦੇ ਨਾਂ ਨੂੰ ਕਰਨੀ ਕੀਤੀ ਵਿਆਹ ਨਹੀਂ ਕਰਾਉਣਾ ਜੀ ਮਤਲਬ ਇਹ ਨਹੀਂ ਸੀ ਉਹਨਾਂ ਦੇ ਅੱਗੇ ਬੋਲਣਾ ਜਾਂ ਉਹਨਾਂ ਦੀ ਗੱਲ ਟੋਕਣਾ ਹੁੰਦਾ ਤਾਂ ਕਦੇ ਸੋਚ ਵੀ ਨਹੀਂ ਸਕਦੇ ਸੀ ਫਾਜ਼ਲ ਸਾਹਿਬ ਨਾਲ ਬਹੁਤ ਜ਼ਿਆਦਾ ਤੁਸੀਂ ਬਹੁਤ ਹਾਂ ਉਹਨਾਂ ਨਾਲ ਇਮੋਸ਼ਨਲੀ ਜੁੜੇ ਹੋਏ ਸੀ ਹਾਂ ਬਹੁਤ ਸਤਿਕਾਰ ਕਰਦੇ ਸੀ ਬਹੁਤ ਵੱਡਿਆਂ ਦਾ ਇਸ ਵਦੇਸ਼ ਵੀ ਨਹੀਂ ਗਏ ਤੁਸੀਂ ਇੱਕ ਵਾਰ ਵੀ ਨਹੀਂ ਫਿਲਮ ਸ਼ੂਟ ਕਰਨ ਵਾਸਤੇ ਕਦੇ ਵੀ ਨਹੀਂ ਕਦੇ ਆਫਰ ਤਾਂ ਬਹੁਤ ਸਾਰੇ ਲੋਕਾਂ ਨੇ ਆਈ ਹੈ ਪਰ ਉਹ ਮੈਂ ਇਸ ਤਰ੍ਹਾਂ ਦੀ ਫਿਲਮ ਹੈ ਨਹੀਂ ਸੀ ਜਿਹੜੀ ਮੈਂ ਕੀਤੀ ਹੋਵੇ ਤੇ ਉਹ ਬਾਹਰ ਮੇਰਾ ਕੰਮ ਹੋਵੇ ਕਈ ਵਾਰੀ ਹੁੰਦਾ ਸੀ ਉਹ ਅੱਧੀ ਕਿ ਫਿਲਮ ਕਿਸੇ ਹੋਰ ਆਰਟਿਸਟ ਦੀ ਉਧਰ ਰਹੇ ਹੋਗੀ ਮੇਰੀ ਇੱਧਰ ਹੋਗੀ ਲੇਕਿਨ ਹੁਣ ਵੇਖੋ ਬਣ ਰਿਹਾ ਇੱਕ ਫਿਲਮ ਦਾ ਪ੍ਰੋਗਰਾਮ ਜਾਂ ਹੋਰ ਕਈ ਫਿਲਮਾਂ ਜੇ बन सकेता शायद मैं रखा यही कर, भी उधर भी करा लेकिन फिलहाल पहला केड़ा होगा ਤੁਹਾਡਾ ਜੇ ਬਾਹਰ ਸ਼ੂਟ ਕਰਨ ਦਾ ਮੌਕਾ ਆ ਸ਼ੂਟਿੰਗ ਉੱਥੇ ਕਰਾਂਗੇ ਜੀ ਜੀ ਪਰ ਜਿਵੇਂ ਪਹਿਲਾਂ ਤੁਸੀਂ ਕਿਹਾ ਕਿ ਪਿੰਡ 'ਚ ਹੀ ਜ਼ਿਆਦਾ ਪਿੰਡ ਨਾਲ ਬਹੁਤ ਜ਼ਿਆਦਾ ਅਟੈਚਡ ਹੋ ਤੁਸੀਂ ਅੱਜ ਕੱਲ ਇਹ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਇੱਕ ਦੋ ਗਾਣੇ ਵੀ ਹਿੱਟ ਹੁੰਦੇ ਆ ਤਾਂ ਬੰਦਾ ਕਹਿੰਦਾ ਇੱਕ ਦੀ ਫਿਲਮ ਹਿੱਟ ਹੋ ਗਈ ਤਾਂ ਬੰਬੇ ਫਲੈਟ ਲੈਣ ਦੀ ਸੋਚਦਾ ਜੀ ਜੀ ਤੁਹਾਡੇ ਕੋਲ ਤਾਂ ਬਹੁਤ ਸਾਰੇ ਮੌਕੇ ਆਏ ਸੀ ਆ ਪਰ ਨਹੀਂ ਹੁਣ ਮੈਨੂੰ ਨਹੀਂ ਸਮਝ ਆਉਂਦੀ ਵੀ ਉੱਥੇ ਜਾਣਾ ਕੀ ਜ਼ਰੂਰੀ ਹੈ ਹਾਂ ਜਿਹੜੇ ਕੰਮ ਤੁਸੀਂ ਖੁਸ਼ੋਖੀ ਕਰਨਾ ਚਾਹੀਦਾ ਜੇ ਤੁਸੀਂ ਜਿਸ ਲਾਈਨ ਜਿਸ ਲਾਈਫ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਖੁਸ਼ ਸਮਝਦੇ ਹੋ ਵੀ ਇਸ ਤਰ੍ਹਾਂ ਦੀ ਮੈਂ ਜ਼ਿੰਦਗੀ ਜਿਉਣੀ ਚਾਹੁੰਨਾ ਹੈ ਪਿੰਡ ਦੀ ਜਾਂ ਆਪਣੇ ਲੋਕਾਂ ਦੇ ਮੈਂ ਤਾਂ ਇਹ ਸਮਝਦਾ ਕਿ ਜੇ ਜੇ ਰੱਬ ਨੇ ਤੁਹਾਨੂੰ ਕਾਮਯਾਬੀ ਦਿੱਤੀ ਹੈ ਸਕਸੈਸ ਦਿੱਤੀ ਹੈ ਉਹਦਾ ਲੁਤਫ ਤਾਂ ਹੀ ਹੈ ਜੇ ਤੁਸੀਂ ਆਪਣੇ ਪਰਿਵਾਰ ਨਾਲ ਉਹਨੂੰ ਹੰਡਾ ਰਹੇ ਹੋ ਆਪਣੇ ਲੋਕਾਂ ਦੇ ਵਿੱਚੋਂ ਉੱਥੇ ਕੁੜੀ ਤੇ ਗੇੜਾ ਵੀ ਨਹੀਂ ਵੱਜਣਾ ਹਾਂਜੀ ਉਹ ਹੀ ਨਾ ਕੁੱਤੇ ਰੱਖੇ ਜਾਣੇ ਨਾ ਕੁੱਤੇ ਰੱਖੇ ਕੁੱਤੇ ਤੁਸੀਂ ਪਾਕਿਸਤਾਨ ਤੋਂ ਵੀ ਕਹਿੰਦੇ ਉਹ ਇੱਕ ਇੱਕ ਉਹ ਪਹਿਲਾਂ ਪੁਰਾਣਾ ਇੱਕ ਕੁੱਤਾ ਉਧਰੋਂ ਬਾਰਡਰ ਬੁੱਡ ਰੰਗ ਆਇਆ ਸੀ ਕਿਸੇ ਦੇ ਕੋਲੇ ਅੱਛਾ ਉਹਦੇ ਤੋਂ ਅਸੀਂ ਫਿਰ ਲੈ ਲਿਆ ਉਹਨਾਂ ਨੇ ਇਹ ਦੱਸਿਆ ਵੀ ਉਧਰੋਂ ਟੱਪਿਆ ਸੀ ਹਾਂ ਔਰ ਹੁਣ ਵੀ ਰੱਖੇ ਹੋਏ ਕੁੱਤੇ ਪੈ ਹਾਂਜੀ ਹੋਏਗੇ ਜੀ ਚਾਰ ਪੰਜ ਨਸਲਾਂ ਠੀਕ ਹੈ ਗਿਲ ਸਰ ਇੱਕ ਦੋ ਚੀਜ਼ਾਂ ਹੋਰ ਨੇ ਖੇਡ ਕਿਹੜੀ ਪਸੰਦ ਕਰਦੇ ਹੋ ਕਬੱਡੀ ਨਾਲ ਪ੍ਰੇਮ ਕਿੰਨਾ ਹੈ ਹਾਂ ਕਬੱਡੀ ਮੈਨੂੰ ਵਧੀਆ ਲੱਗਦੀ ਹੈ ਕਬੱਡੀ ਵਾਲੇ ਪੁਰਾਣੇ ਖਿਡਾਰੀ ਤਾਂ ਬਹੁਤ ਜਾਂਦੇ ਹੋਣੇ ਉਹ ਤੁਹਾਡੇ ਕੋਲ ਹਾਂ ਕਈ ਖਿਡਾਰੀਆਂ ਦੇ ਤੁਸੀਂ ਕਈ ਵਾਰੀ ਨਾਂ ਨਹੀਂ ਜਾਣਦੇ ਲੇਕਿਨ ਤੁਸੀਂ ਪਸੰਦ ਕਰਦੇ ਹੋ ਜਿਵੇਂ ਜੀਤ ਬਾਜਾਖਾਨ ਹਾਂ ਹਰਜੀਤ ਬਾਜਾਖਾਨ ਜਾਂ ਉਹਨਾਂ ਦੇ ਤਾਂ ਨਾਂ ਜਾਣਦੇ ਹੀ ਆਪਾਂ ਇੱਕ ਹੋਰ ਬਹੁਤ ਸਾਰੇ ਆਪਣਾ ਪਾਲਾ ਪਾਲਾ ਸੀ ਇੱਕ ਬਹੁਤ ਚੰਗਾ ਪਲੇਅਰ ਇੱਕ ਟਾਈਮ 'ਚ ਹਾਂ ਇਹ ਇਸ ਤਰ੍ਹਾਂ ਦੇ ਬਹੁਤ سارے ਪਲੇਅਰ ਜਿਹੜੇ ਵੀ ਤੁਸੀਂ ਪਿਛਲੇ ਦੌਰ ਵਿੱਚ ਕਾਫੀ ਹੁੰਦੇ ਸੀ ਨਾ ਆਪਣੇ ਕਬੱਡੀ ਦੇ ਟੂਰਨਾਮੈਂਟ ਹਾਂ ਉਹ ਫਿਰ ਜਦ ਤੁਸੀਂ ਟੀਵੀ 2 ਵਿੱਚ ਵੀ ਮੌਕਾ ਮਿਲਦਾ ਵੇਖਦੇ ਸੀ ਅਸੀਂ ਸਾਰੇ ਹਾਂ ਕਬੱਡੀ ਨਾਲ ਵੀ ਬਹੁਤ ਜੁੜੇ ਰਹੇ ਹਾਂ ਹਾਂ ਜੀ ਉਹ ਬਹੁਤ ਵੇਰ ਆਪਣੀ ਮਾਂ ਖੇਡ ਹੋਊਗੀ ਨਾ ਸਾਰਿਆਂ ਨੂੰ ਹੀ ਮਿਲ ਲੱਗਦਾ ਚੰਗੀ ਲੱਗਦੀ ਹਾਂ ਤਾਂ ਅੱਜ ਵਾਲੇ ਮੁੰਡੇ ਤਾਂ ਪੰਜਾਬ ਵਾਲੇ ਹੁਣ ਵੀ ਝੰਡੇ ਗੱਡੀ ਜਾਂਦੇ ਆ ਸ਼ੁਭਮਨ ਗਿੱਲ ਨੇੜੇ ਦਾ ਹੀ ਆ ਫਾਜ਼ਲ ਕਾਲੇ ਪਾਸੇ ਦਾ ਜੀ 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 ਦੇਖਦੇ ਆ ক্রিকেট ਚ ਵੀ ਹੈਗੀ ਦਿਲਚਸਪੀ ਕਿ ਨਹੀਂ ਗਾਹ ਜਿਹੜੇ ਉਹ ਮੈਨੂੰ ਇੰਨੀ ਗਾਇ ਕਿ ਜਦ ਵੀ ਵਰਲਡ ਕੱਪ ਵਗੈਰਾ ਹੁੰਦਾ ਉਦੋਂ ਐ ਹੁੰਦਾ ਵੀ ਚਲੋ ਆਪਣੇ ਮੁਲਕ ਦਾ ਸਵਾਲ ਹੈ ਤੇ ਜਿੱਤ ਜੇ ਹਾਂ ਇਹ ਵੀ ਜਿਵੇਂ ਹੁਣ ਆ ਰੋਜ਼ ਹੀ ਮੈਚ ਜੇ ਹੁੰਦੇ ਰਹਿੰਦੇ ਐਸ ਤਰ੍ਹਾਂ ਨਹੀਂ ਐ ਨਹੀਂ ਦੇਖਦੇ ਜਿਵੇਂ ਆਈਪੀਐਲ ਚ ਆਉਂਦੇ ਰਹੇ ਹਾਂ ਇਹ ਨਹੀਂ ਹੈ ਜੇ ਕੋਈ ਦਿਲਚਸਪੀ ਹੁੰਦਾ ਹੁਣ ਕੋਈ ਇਹਦਾ ਹੁਣ ਕੀ ਸਮਝ ਲੈ ਕੋਈ ਇਹਦਾ ਸਾਰੇ ਰਲੇ ਮਿਲੇ ਜੇ ਖੜੀ ਜਾਂਦੇ ਕੋਈ ਕੋਈ ਆਪਣੇ ਤਾਂ ਹੈ ਨਹੀਂ ਨਾ ਵੀ ਆਸ ਹਨਾ ਕਿਸੇ ਆਪਸ ਦੇ ਵਿੱਚ ਚੱਲ ਰਹੇ ਆਪਸ ਦੀਆਂ ਟੀਮਾਂ ਦੇ ਇਹਦੇ ਵਿੱਚ ਇੰਟਰਸਟ ਕਿੱਟ ਕੱਲਾ ਕਬੱਡੀ ਨਾਲ ਜੁੜੇ ਰਹੇ ਤੁਸੀਂ ਹਾਂ ਕਬੱਡੀ ਹੈ ਚਲੋ ਅਜੇ ਤਾਂ ਗੇਮਸ ਦੇ ਸਾਹਬ ਨਾਲ ਤਾਂ ਤੁਸੀਂ ਉਹ ਸਹਾਰ ਪੰਜਾਬੀ ਬੰਦੇ ਨੂੰ ਵਧੀਆ ਲੱਗਦੀ ਮਨ ਨਾਲ ਰਾਜਨੀਤੀ ਵਾਲੇ ਲੋਕਾਂ ਦਾ ਬੜਾ ਰੁਝਾਨ ਰਹਿੰਦਾ ਹੈ ਕਹਿੰਦੇ ਜਿਹੜਾ ਬੰਦਾ ਹਿੱਟ ਆ ਉਹਨੂੰ ਚੱਕ ਲੋ ਆਫਰ ਦੇ ਲੋ ਗੂਗਲ ਹੁਣੀ ਪੋਲਿਟਿਕਸ ਦੇ ਵਿੱਚ ਨਹੀਂ ਆਇਆ ਕਹਿੰਦੇ ਆਫਰ ਆਈ ਆਫਰ ਆਈ ਹਾਂਜੀ ਹਾਂਜੀ ਆ ਆਫਰ ਤਾਂ ਕੁਦਰਤੀ ਗੱਲ ਆ ਕਈ ਦਫਾ ਪੁੱਛਿਆ ਗਿਆ ਮੈਨੂੰ ਵੀ ਹੈ ਦਿਲਚਸਪੀ ਤਾਂ ਪਰ ਮੈਂ ਰਾਜਨੀਤੀ 'ਚ ਕਦੇ ਵੀ ਆਪਣੇ ਆਪ ਨੂੰ ਫਿੱਟ ਨਹੀਂ ਸਮਝਿਆ ਕਿਉਂਕਿ ਦੂਸਰੀ ਗੱਲ ਮੈਂ ਟਾਈਮ ਵੀ ਨਹੀਂ ਦੇ ਸਕਦਾ ਤਾਂ ਫਿਰ ਆਈਏ ਕਿਵੇਂ ਜੇ ਤੁਸੀਂ ਜੇ ਮੇਰੇ ਪਿਆਰ ਕਰਨ ਵਾਲੇ ਮੈਨੂੰ ਜਿਤਾਵ ਹੀ ਦੇਣਗੇ ਤਾਂ ਫਿਰ ਮੈਂ ਉਹਨਾਂ ਨੂੰ ਉਹਨਾਂ ਦੀ ਸੇਵਾ ਨਾ ਕਰ ਸਕਾਂ ਟਾਈਮ ਨਾ ਦੇ ਸਕਾਂ ਤਾਂ ਫਿਰ ਕੀ ਫਾਇਦਾ ਇਸ ਪਾਸੇ ਹੋਣ ਹੂੰ ਅੱਛਾ ਆਫਰ ਕੌਣ ਕੌਣ ਕਿਹੜੀਆਂ ਕਿਹੜੀਆਂ ਪਾਰਟੀਆਂ ਕਰਦੇ ਰਹੀ ਚਲੋ ਕਿਸੇ ਤਾਂ ਵੀ ਹੋਇਆ ਆਪਕਾ ਨਾ ਸਾਰੇ ਸਾਰੇ ਕਈ ਪਾਰਟੀਆਂ ਨੇ ਕਈ ਦਫਾ ਪਰ ਸਦੀਕ ਸਾਹਿਬ ਨੇ ਵੀ ਕਦੇ ਨਹੀਂ ਕਿਹਾ ਯਾਰ ਮੈਂ ਵੀ ਟਾਈਮ ਕੱਢੀ ਜਾਂਦਾ ਤੁਸੀਂ ਇਕੱਠੇ ਪਾਰਲੀਮੈਂਟ ਚੱਲਦੇ ਰਹਾਂਗੇ ਸਦੀਕ ਸਾਹਿਬ ਨਾਲ ਤਾਂ ਨਹੀਂ ਕਦੇ ਇਸ سلسلے ਚ ਕਦੇ ਹੋਈ ਗੱਲ ਲੇਕਿਨ ਉਹ ਤਾਂ ਫਿਰ ਕੱਲੀ ਪੋਲਿਟਿਕਸ ਕਰਦੇ ਹਨ ਉਧਰ ਜ਼ਿਆਦਾ ਹੈਗੇ ਹੁਣ ਕਿਉਂਕਿ ਉਹਨਾਂ ਨੇ ਜ਼ਿਆਦਾ ਟਾਈਮ

ਇਸ ਕਰਕੇ ਪਰ ਜਿਸ ਤਰੀਕੇ ਨਾਲ ਉਹ ਕਹਿੰਦੇ ਕਿ ਮੈਂ ਛੋ ਛੋ ਮਾੜੇ ਮੋٹے ਲਾਇਆ ਉਹ ਨਾ ਬਾਹਰ ਪਿੱਛੇ ਜਿਵੇਂ ਜਾਈਏ ਆਉਂਦੇ ਜਾਂਦੇ ਆ ਤਾਂ ਉਹਨਾਂ ਨੂੰ ਲੋਕ ਬਹੁਤ ਮਾਨ ਦਿੰਦੇ ਐ ਸਾਰੇ ਬਹੁਤ ਪਿਆਰ ਕਰਦੇ ਪਰ ਇਹੋ ਜਿਹੀ ਵੀ ਲਿਮਟਿਡ ਲੋਕੀ ਐ ਜਿਵੇਂ ਗਿਲਸਾਬ ਤੁਸੀਂ ਹੋਗੇ ਉਹ ਸਦੀਕ ਸਾਹਿਬ ਹੋਗੇ ਸੁਖਸ਼ਿੰਦਰ ਚਿੰਦਾ ਚਿੰਦਾ ਜੀ ਹੋਗੇ ਹੋਰ ਇੱਕ ਆ ਪੰਜ ਚਾਰ ਗਿਣਤੀ ਦੇ ਨਾਮ ਹੋਣੇ ਜਿਹੜੇ ਉਸ ਟਾਈਮ ਤੇ ਵੀ ਲੋਕਾਂ ਦੇ ਵਿੱਚ ਬਹੁਤ ਹਿੱਟ ਸੀਗੇ ਔਰ ਅੱਜ ਵੀ ਜਿਵੇਂ ਦਸਰੇ ਸੀ ਮੈਂ ਸੁਣ ਰਿਹਾ ਸੀ ਸਦੀਕ ਸਾਹਿਬ ਕਹਿੰਦੇ ਕਿ ਦਾਦਾ ਕਹਿੰਦਾ ਕਿ ਤੁਸੀਂ ਮੇਰੇ ਬੇਟੇ ਦੇ ਵੀ ਵਿਆਹ ਤੇ ਆਏ ਸੀਗੇ ਔਰ ਹੁਣ ਮੈਂ ਪੋਤੇ ਦੇ ਵਿਆਹ ਤੇ ਆ ਇਸ ਤਰ੍ਹਾਂ ਜੀ ਬਹੁਤ ਸਾਰੇ ਮੇਰੇ ਫੈਮਿਲੀ ਦੇ तकरीबन ਬਹੁਤ ਸਾਰੇ ਵਿਆਹ ਸ਼ਾਦੀਆਂ ਚ ਸਦੀਕ ਸਾਹਿਬ ਆਉਂਦੇ ਰਹੇ ਹੈ ਹਮ ਤੇ ਮੈਂ ਇਹ ਕਰ ਕਰ ਦੇ ਵਿੱਚ ਸਦੀਕ ਸਾਹਿਬ ਨੇ ਉਹਨਾਂ ਦੀਆਂ ਸ਼ਾਦੀਆਂ ਕਰਵਾਈਆਂ ਗਦਾਦੇ ਪੋਤੇ ਵਾਲੀਆਂ ਹਮ ਤਿੰਨ ਤਿੰਨ ਪੀੜੀਆਂ ਚ ਤੁਰੇ ਸ਼ੌਂਕ ਦੇ ਬਾਰੇ ਮੈਂ ਜ਼ਰੂਰ ਜਾਨਣਾ ਚਾਹੂੰਗਾ ਕਿਹੜੇ ਕਿਹੜੇ ਸ਼ੌਂਕ ਨੇ ਬਸ ਆ ਦੱਸਿਆ ਨਾ ਕੁੱਤੇ ਕੱਤੇ ਕੁੱਤੇ ਕੱਤੇ ਕੁੜੀਆਂ ਹੋ ਗਈਆਂ ਹਾਂ ਬਸ ਹੁਣ ਇਸ ਵੇਲੇ ਕੁੜੀ ਹੈ ਨਹੀਂਗੀ ਕਿਹਨੇ ਹੈਗੀਆਂ ਸ਼ੌਕ ਤਾਂ ਹੈਗਾ ਹਥਿਆਰਾਂ ਦਾ ਵੀ ਸ਼ੌਕ ਹੈਗਾ ਗਿਲਸਾ ਸਾਰੇ ਆਰ ਪੰਜਾਬੀ ਨੂੰ ਜੋ ਸ਼ੌਕ ਹੁੰਦਾ ਉਹ ਸਾਰੇ ਆਪਾਂ ਨੂੰ ਹੋਏਗਾ ਉਹਨੂੰ ਹਥਿਆਰਾਂ ਦੀ ਗੱਲ ਕਰਦੇ ਚੰਗੇ ਨਹੀਂ ਲੱਗਦਾ ਜਿੱਦਾਂ ਕਿ ਦਾ ਸੁਭਾਅ ਤੁਹਾਡਾ ਫਿਲਮਾਂ ਦੇ ਵਿੱਚ ਦੇਖਣ ਨੂੰ ਮਿਲਦਾ ਉਦਾਂ ਕਿਦਾ ਸੁਭਾਈ ਆ ਜਾਂ ਜਮਾ ਫਿਲਮਾਂ ਦੇ ਵਿੱਚ ਤਾਂ ਇਸ ਤਰ੍ਹਾਂ ਹੁੰਦਾ ਨਾ ਤੁਹਾਨੂੰ ਜੋ ਇੱਕ ਕੈਰੈਕਟਰ ਮਿਲਦਾ ਉਹਦੇ ਮੁਤਾਬਕ ਤੁਸੀਂ ਪਰਫਾਰਮ ਕਰਨਾ ਉਹਦੇ ਹਿਸਾਬ ਨਾਲ ਤਾਂ ਐਂ ਲੱਗਦਾ ਕਿ ਗੂਗਲ ਹੁਣੀ ਬਹੁਤ ਅੜਬ ਜੇ ਉਹਦੇ ਵਿੱਚ ਨੇ ਉਹ ਤਾਂ ਕੁਝ ਤੁਹਾਨੂੰ ਬਣਨਾ ਪੈਂਦਾ ਤੁਸੀਂ ਇੱਕ ਅੜਬਾਈ ਵਖਾਉਣੀ ਹੈ ਕੁਝ ਵੀ ਸਮਝ ਲੋ ਜਿਹੜਾ ਹੁਣੇ ਤਾਂ ਹਰ ਫਿਲਮ ਦੇ ਨਾਲ ਤੁਹਾਨੂੰ ਇੱਕ ਨਵਾਂ ਕੈਰੈਕਟਰ ਕਰਨਾ ਹੁੰਦਾ ਉਹਨੂੰ ਤੁਸੀਂ ਨਿਬਾਉਣਾ ਚੰਗੇ ਢੰਗ ਨਾਲ ਤੇ ਜ਼ਾਤੀ ਜ਼ਿੰਦਗੀ ਤੁਹਾਡੀ ਇੱਕ ਅਲੱਗ ਹੁੰਦੀ ਹੈ ਤੁਹਾਡੀ ਪਰ ਡਿਫਰੈਂਟ ਜਿਵੇਂ ਕਿ ਫਿਲਮਾਂ ਦੇ ਵਿੱਚ ਪਿੱਛੇ ਜੇ ਤੁਹਾਡੀ ਰੀਲ ਬਹੁਤ ਵਾਇਰਲ ਹੋ ਰਹੀ ਸੀਗੀ ਕਿ ਇਹਨਾਂ ਨੂੰ ਕਹਦੇ ਕਿ ਇਹਦੇ ਤੋਂ ਕੋਈ ਜ਼ਰੂਰੀ ਕੰਮ ਨਹੀਂ ਸ਼ਾਇਦ ਘੋੜੀ ਤੇ ਖਰਖਰਾ ਮਾਰ ਰਿਹਾ ਸੀ ਹਾਂਜੀ ਉੱਥੇ ਵੀ ਤੁਸੀਂ ਉਹ ਰਿਫਲੈਕਟ ਕੀਤੀ ਹੈ ਚੀਜ਼ ਕਿ ਮੇਰਾ ਸ਼ੌਂਕ ਜਿਹੜਾ ਉਹ ਫਿਲਮਾਂ ਦੇ ਵਿੱਚ ਵੀ ਬਰਾਬਰ ਤੁਸੀਂ ਠੀਕ ਹੈ ਤੁਹਾਡੀ ਗੱਲ ਉਹਦੇ ਨਾਲ ਟੱਕ ਗਈ ਗੱਲ ਕਿਉਂਕਿ ਆਪਣੇ ਸ਼ੌਕ ਸ਼ੁਕ ਇਸ ਤਰ੍ਹਾਂ ਦੇ ਹੈ ਤਾਂ ਉਹ ਡਾਇਲੋਗ ਉੱਤੇ ਉਹ ਇਸੇ ਤਰ੍ਹਾਂ ਦਾ ਮਿਲ ਗਿਆ ਹਾਂ ਤੇ ਬਾਕੀ ਉਹ ਤਾਂ ਉਹ ਸੀ ਸ਼ਿਕਾਰੀ ਜੀ ਸੀ ਬਾਕੀ ਉਹ ਤਾਂ ਹਰ ਫਿਲਮ ਚ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਨਾ ਵੀ ਕਿਤੇ ਜਿਸ ਤਰ੍ਹਾਂ ਤੁਸੀਂ ਕਿਤੇ ਡਾਕੂ ਬਣਿਓ ਤਾਂ ਜ਼ਾਤੀ ਜ਼ਿੰਦਗੀ ਥੋੜੀ ਡਾਕੇ ਮਾਰਨੇ ਹੁੰਦੇ ਆ ਠੀਕ ਹੈ ਨਾ ਹਮ ਇਸ਼ਕ ਹੋਏ ਗੁੱਗੂ ਕੇ ਲੋਣਾ ਨੂੰ ਕਦੇ ਨਾ ਜੀ ਨਾ ਦੂਰ ਦੀ ਲੰਘਦੇ ਰਹੇ ਉਹ ਤਾਂ ਖੌਫ ਬਹੁਤ ਹੁੰਦਾ ਸੀ ਕਿ ਹੁਣ ਅੱਜ ਦੇ ਟਾਈਮ ਉਹ ਚੀਜ਼ਾਂ ਜਮਾਨਾ ਬਹੁਤ ਬਦਲ ਚੇਂਜ ਹੋ ਗਿਆ ਬਸ ਜੀ ਦੇ ਵੱਡਿਆਂ ਦੇ ਸਤਕਾਰ ਜਾਂ ਗੱਲਬਾਤ ਹਮੇਸ਼ਾ ਦਿਮਾਗ 'ਚ ਦੋ ਜਨਰੇਸ਼ਨ ਦਾ ਵੀ ਫਰਕ ਪੈ ਜਾਂਦਾ ਹੈ। ਹਮਮ। ਔਰ ਹੁਣ ਜਿਸ ਤਰੀਕੇ ਦੇ ਨਾਲ ਤੁਹਾਡੀ ਵੈਬ ਸੀਰੀਜ਼ ਆਈ ਸੀ ਬਹੁਤ ਸੁਪਰ ਡੂਪਰ ਹਿੱਟ ਗਈ। ਜੀ ਜੀ। ਔਰ ਉਹਦੇ ਵਿੱਚ ਵੀ ਕਿਰਦਾਰ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਬਾਰਡਰ ਪਾਰ ਵਾਲਿਆਂ ਦਾ ਵੀ ਸੀ ਉਹ ਉਹਦੇ ਵਿੱਚ ਵੀ ਬਹੁਤ ਜ਼ਬਰਦਸਤ ਤਰੀਕੇ ਨਾਲ ਤੁਸੀਂ ਰੋਲ ਕੀਤਾ ਔਰ ਉਹਦੇ ਵਿੱਚ ਵੀ ਅੱਗੇ ਪ੍ਰੋਜੈਕਟ ਲੈ ਕੇ ਜਾ ਰਹੇ ਹੋ ਕੋਈ? ਹਾਂ ਜੀ ਅਗਲਾ ਬਾਟੋ ਦਾ ਸ਼ੁਰੂ ਹੋ ਰਿਹਾ ਹੈ ਜਲਦੀ। ਉਹ ਸ਼ੂਟ ਕਰਨਾ ਸ਼ੁਰੂ ਕਰਨਾ ਹੈ। ਹਾਂ ਜੀ ਕਰਨਾ ਹੈ। ਹਾਂ ਜੀ। ਫੋਟੋ ਸ਼ੂਟ ਕਰਨਾ ਔਰ ਨਵੇਂ ਪ੍ਰੋਜੈਕਟ ਦੇ ਬਾਰੇ ਔਰ ਮੈਂ ਚਾਹੁੰਨਾ ਕਿ ਇੱਕ ਵਾਰ ਜਿਓਨੋ ਮੋਡ ਦੇ ਬਾਰੇ ਜਰੂਰ ਇੱਕ ਵਾਰ ਤੁਸੀਂ ਸਾਡੇ ਦੱਸਣਾ ਹਾਂ ਜੀ ਜਿਓਨੋ ਮੋਡ 9 ਜੂਨ ਨੂੰ ਰੀ ਰਿਲੀਜ਼ ਹੋ ਰਹੀ ਹੈ ਜਿਹੜੀ 31 ਸਾਲ ਪਹਿਲਾਂ ਸਾਡੀ ਆ ਚੁੱਕੀ ਹੈ ਉਹ ਹੁਣ ਦੁਬਾਰਾ ਸਿਨੇਮੇ ਜਾ ਰਹੀ ਹੈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਰੂਰ ਵੇਖਿਆ ਜੇ ਔਰ ਸਾਡਾ ਹੌਸਲਾ ਵਧਾਇਆ ਜੇ ਬਹੁਤ ਬਹੁਤ ਧੰਨਵਾਦ ਗਿਲ ਸਾਹਿਬ ਸਮਾਂ ਦੇਣ ਲਈ ਬਹੁਤ ਸ਼ੁਕਰੀਆ ਤਾਂ ਗੁੱਗੂ ਗਿਲ ਸਾਹਿਬ ਸੈਡ ਨਾਲਸਨ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਔਰ ਗੁੱਗੂ ਗਿਲ ਉਹਨਾਂ ਦੀ ਫਿਲਮ ਜੋ ਤੁਸੀਂ 30 31 ਸਾਲ ਪਹਿਲਾਂ ਜਿੰਨਾਂ ਜਿੰਨਾਂ ਨੇ ਦੇਖੀ ਹੈ ਉਹਨਾਂ ਨੂੰ ਵੀ ਕਹਿੰਦੇ ਦੁਬਾਰਾ ਦੱਸ ਦਿੰਦੇ ਅਸੀਂ ਕਿ ਦੁਬਾਰਾ ਵੀ ਤੁਸੀਂ ਵੱਡੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਪੀਵੀਆਰ ਦੇ ਵਿੱਚ ਇਹ ਫਿਲਮ ਲੱਗਣ ਜਾ ਰਹੀ ਹੈ ਇਹਦੇ ਨਾਲ ਨਾਲ ਗੁੱਗੂ ਗਿਲ ਉਹਨਾਂ ਦੇ ਬਹੁਤ ਸਾਰੇ ਹੋਰ ਵੀ ਪ੍ਰੋਜੈਕਟ ਆਉਣ ਜਾ ਰਹੇ ਆ ਪਹਿਲੀ ਵਾਰ ਸਵਭ ਬਣ ਜੇ ਤਾਂ ਕਹਿੰਦੇ ਸ਼ਾਇਦ ਵਿਦੇਸ਼ ਦੀ ਧਰਤੀ ਤੇ ਵੀ ਜਾ ਕੇ ਆਉਣਾ ਇੱਕ ਵਾਰ ਹਾਲਾਂਕਿ ਹੁਣ ਤੱਕ ਗਏ ਨਹੀਂ ਪਿੰਡ ਦੇ ਨਾਲ ਬਹੁਤ ਪਿਆਰ ਕਰਦੇ ਆ ਪਿੰਡੋਂ ਸ਼ੂਟ ਕਰਕੇ ਜਰੂਰ ਫਿਰ ਕਹਿੰਦੇ ਵਾਪਸ ਘਰ ਨੂੰ ਜਾਣਾ ਹੋਰ ਬਹੁਤ ਸਾਰੀਆਂ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਗੱਲਾਂ ਬਾਤਾਂ ਹੋਈਆਂ ਉਮੀਦ ਕਰਦੇ ਆ ਤੁਸੀਂ ਇਹ ਗੱਲਬਾਤ ਪਸੰਦ ਕਰੋਗੇ ਸਤਿ ਸ਼੍ਰੀ ਅਕਾਲ